माता जी एक गल तुहाडी झूठी है। मैं तुसीं लब लब के लिआउंदे जे, 3 महीने हो गए माता मेरे कोल आ। वीर जी हुणां मेरे मासी जी दे पुत्तर आए, मेरे भरा वा, इन्हां दे थ्रू मैं 3 महीने हो गए घरे सुना कले नूं कि माता तुहाडी मैनूं अमृतसरों मिली आ ते मैं लैके आउण डिआं वा तुहानूं। तो लैके मैं माता नूं आश्रम च चले गया वा। वीर जी हुणां दसदा कि मैं माता आश्रम च लै आंदी आ। मैं 3 महीने हो गए उडीक करन डिआ लैण ते की आउणा, अज तक इक फोन तक नहीं आया इन्हां दा। गुरा तेरी मां वा, ओनू महिला माड़ा मोटा, ओनू जफी पाला, ओनू हाथ पैर ही हाथ लाला। गुरा केहो जे बंदे हो गए आप हसन डे? कोई हसन आली गल नहीं आ। रब रब ना करे कल नू अपने ते इहो जिहा टाइम आ जाए ते आपां नू कोई पुछे ना कल नू। चल माता मैं मान लिया, मेरी गल सुनी, मेरी गल तो गुस्सा ना करी। तुसी मान नहीं सांभी ते इहदा हिस्सा ते सांभण डे जाणा। इहदा हिस्सा दो इहनू, अहीं आपे सांभ लांगे। ਹੁਣ ਮਾਰੇ ਸਤਿ ਸ਼੍ਰੀ ਅਕਾਲ। ਹੋਰ ਠੀਕ ਹੈ ਜੀ? ਕਿੱਥੇ ਵੀਰ ਪਰਿਵਾਰ ਵਾਲੇ? ਆ ਜਾ ਆਂਟੀ, ਆ ਜਾ ਬਹਿ ਜਾ, ਆ ਜਾ ਬਹਿ। ਇਹ ਕਿੰਨਾ ਦਾ ਘਰ ਆ? ਹੈ ਬੱਬੂ ਦਾ ਘਰ। ਤੁਹਾਡਾ ਘਰ ਕਿਹੜਾ? ਮੇਰਾ ਘਰ। ਤੇਰਾ ਘਰ ਨਹੀਂ ਹੈਗਾ? ਤੁਹਾਡੇ ਮੁੰਡਿਆਂ ਦਾ ਘਰ ਆ? ਕਿਹੜੇ ਵੱਡੇ ਦਾ ਤੇ ਕਿ ਨਿੱਕੇ ਦਾ? ਅੱਛਾ, ਤਿੰਨਾਂ ਦਾ ਘਰ। ਨਹੀਂ ਬਸ ਮਾਤਾ ਚੜ੍ਹਦੀ ਗਲਾ ਜੀ। ਕਿੱਥੇ ਇਹਨਾਂ ਦੇ ਬੇਟੇ? ਕਿੱਥੇ ਪਰਿਵਾਰ? ਕੌਣ? ਅੱਛਾ, ਗਏ ਕਿਤੇ? ਅੱਛਾ, ਤੁਹਾਡੇ ਕੀ ਇਹਨਾਂ ਦੇ ਕਿਲਾ ਦੇ? ਅੱਛਾ, ਇਹਨਾਂ ਦਾ ਸੱਸ ਵਾ। ਠੀਕ ਹੈ ਜੀ। ਨਹੀਂ ਆ ਲੈਂਦੇ, ਉਹਨਾਂ ਨੂੰ ਆ ਲੈਂਦੇ ਵਿਚਾਰਨਾ ਕੀ ਕਰਨੀ ਆ। ਅੱਛਾ ਜੀ, ਆਖਿਆ ਪੁੱਤ ਮੇਰੇ ਨੇ ਵੀ ਤੈਨੂੰ ਚਾਹ ਬਣਦੀ ਆ ਤੇ ਫੇਰ ਦਿੰਨੇ ਆ। ਅੱਛਾ ਜੀ। ਇਹ ਉਸੇ ਵੇਲੇ ਉੱਠੀ ਆਂਦੀ, ਮੈਂ ਚੱਲੀ ਇਹ ਐਂਦੀ ਵੀਰਾ, ਆ ਪੁੱਤਰ ਐਂਦੀ ਰਾਹ ਇਹਨੇ ਕੰਧ ਕੋਲੋਂ ਜਾਪੇ ਘਾਹ ਘੂਹ ਵੱਢ ਕੇ ਤੇ ਰਾਹ ਬਣਾਇਆ, ਆ ਮੁੰਡਾ ਆਉਂਦਾ ਵਾ ਵੀ ਇਹ ਆਂਟੀ ਤੂੰ ਕਿਉਂ ਕਰਦੀ ਆ, ਨੂੰ ਕੀ ਕਰਦੀ ਆ? ਆਂਦੀ ਮੈਂ ਇਹ ਨੰਗਣ ਨੂੰ ਰਾਹ ਬਣਾਉਣ ਡਈ ਹਾਂ, ਇਹ ਪੁੱਤਰ ਹੈ ਤੋਂ ਕੱਲੋਂ ਇਹ ਇਸ ਵੇਲੇ ਦੀ ਭੱਜੀ ਆ। ਨਹੀਂ ਮਾਤਾ, ਇਹ ਤੁਹਾਨੂੰ ਪਤਾ ਕਿ ਮਾਤਾ ਦਿਮਾਗੀ ਸਹੀ ਨਹੀਂ ਹੈਗੀ, ਇਹ ਪਤਾ ਤੁਹਾਨੂੰ? ਇਹ ਜਦੋਂ ਪੁੱਤ ਸਾਡੇ ਕੋਲ ਨਾ ਠੀਕ ਆ, ਹਾਂਜੀ, ਉਦੋਂ ਇਹ ਆਪਣੇ ਪੇਕੇ ਗਈ ਆ। ਹਾਂਜੀ, ਉੱਥੇ ਰਹੀ ਆ ਜਦੋਂ ਠੀਕ ਸੀ, 9 ਸਾਲ ਰਹੀ ਆ। ਹਾਂਜੀ, ਇਹਦੇ ਨਾ ਮਾਂ ਨੇ ਘੱਲਿਆ, ਨਾ ਇਹਦੇ ਭਰਾ ਨੇ ਘੱਲਿਆ। ਹਾਂਜੀ, ਨਾ ਇਹਦੀ ਭਰਜਾਈ ਨੇ ਘੱਲਿਆ। ਹਾਂਜੀ, ਠੀਕ ਵਾ। ਹੁਣ ਇਹ ਜਦੋਂ ਬਿਲਕੁਲ ਹੀ ਜ਼ਿਆਦੀ ਹੋ ਗਈ ਆ ਤੇ ਸਾਡੇ ਘਰ ਵਾੜ ਗਏ ਆ। ਹੁਣ ਜਦੋਂ ਮੇਰੀ ਗੱਲ ਸੁਣੋ ਤੁਸੀਂ, ਮੇਰੀ ਮਾਂ ਜੇ ਮੇਰੇ ਦਾਦੀਆਂ ਵਰਗੇ ਜੇ, ਜਦੋਂ ਆਪਣੇ ਆਪਾਂ ਇੱਕ ਦੂਜੇ ਨਾਲ ਵਿਆਹੇ ਜਾਂਦੇ ਆ, ਫਿਰ ਸੁੱਖ ਦੁੱਖ ਦੇ ਸਾਥੀ ਹੋ ਜਾਂਦੇ ਆਪਾਂ।
ਇਹਦਾ ਮਤਲਬ ਇਹ ਨਹੀਂ ਹੈ ਕਿ ਜੇ ਦਿਮਾਗੀ ਅਪਸੈਟ ਹੋ ਗਈ ਹੈ ਤਾਂ ਹੁਣ ਇਹਨੂੰ ਹੀ ਰੱਖਣਾ ਨਹੀਂ ਆ ਨਹੀਂ ਅਸੀਂ ਪੁੱਤ ਰੱਖਦੇ ਆ ਅਸੀਂ ਤੇ ਲਿਆਉਨੇ ਅਸੀਂ ਤੇ ਲੱਭ ਕੇ ਲਿਆਉਨੇ ਆ ਆ ਸਾਡੇ ਗਵਾਂਢ ਬਾਈ ਇਹਨੂੰ ਪੁੱਛ ਲੈ ਨਹੀਂ ਮਾਤਾ ਜੀ ਇਹ ਗੱਲ ਤੁਹਾਡੀ ਝੂਠੀ ਜੇ ਮੈਂ ਤਾਂ ਤੁਸੀਂ ਮੇਰੀਆਂ ਦਾਦੀਆਂ ਵਰਗੇ ਮਾਂ ਵਰਗੇ ਮੈਂ ਤੁਹਾਡੇ ਨਾਲ ਹੁਣ ਗੱਲ ਕਰਦਾ ਚੰਗਾ ਨਹੀਂ ਲੱਗਦਾ ਤੁਹਾਡੇ ਬੱਚੇ ਆਉਣਗੇ ਮੈਂ ਉਹਨਾਂ ਨਾਲ ਗੱਲ ਕਰੂੰਗਾ ਤੁਸੀਂ ਲੱਭ ਲੱਭ ਕੇ ਲਿਆਉਂਦੇ ਜੇ 3 ਮਹੀਨੇ ਹੋ ਗਏ ਮਾਤਾ ਮੇਰੇ ਕੋਲ ਆ ਵੀਰ ਜੀ ਹੁਣ ਮੇਰੇ ਮਾਸੀ ਜੀ ਦੇ ਪੁੱਤਰ ਆਏ ਮੇਰੇ ਭਰਾ ਵਾ ਇਹਨਾਂ ਦੇ ਥਰੂ ਮੈਂ 3 ਮਹੀਨੇ ਹੋ ਗਏ ਘਰੇ ਸੁਣਾ ਕੱਲੇ ਨੂੰ ਕਿ ਮਾਤਾ ਤੁਹਾਡੀ ਮੈਨੂੰ ਅੰਮ੍ਰਿਤਸਰੋਂ ਮਿਲੀ ਆ ਅਤੇ ਮੈਂ ਲੈ ਕੇ ਆਉਣ ਡਿਆ ਵਾਂ ਤੁਹਾਨੂੰ ਅਤੇ ਲੈ ਕੇ ਮੈਂ ਮਾਤਾ ਨੂੰ ਆਸ਼ਰਮ 'ਚ ਚਲੇ ਗਿਆ ਵਾਂ ਵੀਰ ਜੀ ਹੁਣ ਦੱਸਦਾ ਕਿ ਮੈਂ ਮਾਤਾ ਆਸ਼ਰਮ 'ਚ ਲੈ ਆਉਂਦੀ ਆ ਮੈਂ 3 ਮਹੀਨੇ ਹੋ ਗਏ ਉਡੀਕ ਕਰਨ ਡਿਆ ਲੈਣ 'ਤੇ ਕੀ ਹੋਣਾ ਅੱਜ ਤੱਕ ਇੱਕ ਫੋਨ ਤੱਕ ਨਹੀਂ ਆਇਆ ਇਹਨਾਂ ਦਾ ਅਤੇ ਇਹ ਕਹਿੰਦੇ ਅਸੀਂ ਲੱਭਦੇ ਰਹੇ ਹਾਂ ਨਹੀਂ ਮਾਤਾ ਜੀ ਤੁਸੀਂ ਰਹਿਣ ਦਿਓ ਮੈਂ ਨਾ ਵੀਰਾਂ ਨੂੰ ਆ ਲੈਂਦੇ ਮੈਂ ਉਹਨਾਂ ਨਾਲ ਗੱਲ ਕਰਦਾ ਤੁਸੀਂ ਕੋਈ ਗੱਲ ਨਹੀਂ ਤੁਸੀਂ ਤੁਹਾਡੇ ਨਾਲ ਮੈਂ ਕੀ ਕਹਾਂ ਚਲੋ ਜੇ ਪਰਿਵਾਰ ਨਾਲ ਆਪਣਾ ਕੋਈ ਪਿਆਰ ਹੋਵੇ ਤੇ ਆਪਾਂ ਮੰਗਰਤਾ ਜਾਂਦੇ ਆ ਜਾਂ ਵੇਖਣ ਜਾਂਦੇ ਆ ਜਾਂ ਮਿਲਣ ਜਾਂਦੇ ਕਹਿਣ ਤੋਂ ਭਾਵ ਤੋਂ ਹੈ ਪਿੱਛੇ ਤੇ ਚਲੋ ਜਾਂ ਅੱਜ ਤੋਂ ਰਾਜੂ ਵੀਰ ਜੀ ਅੱਜ ਤੋਂ 4 ਦਿਨ ਪਹਿਲਾਂ ਮੈਂ ਪੁਤਲੀਘਰ ਚੌਂਕ ਤੋਂ ਇੱਕ ਬਜ਼ੁਰਗ ਲੈ ਕੇ ਆ ਠੀਕ ਹੈ 70-80 ਸਾਲ ਉਮਰ ਸੀ ਉਹਨਾਂ ਦੀ ਉਹਨਾਂ ਦੀ ਮੈਂ ਵੀਡੀਓ ਪਾਈ ਹਰਿਆਣੇ ਤੋਂ ਪਰਿਵਾਰ ਲੱਗ ਯੂਪੀ ਤੋਂ ਪਰਿਵਾਰ ਲੱਗਾ ਹਸਾਰਨਪੁਰ ਤੋਂ ਠੀਕ ਹੈ ਜੀ ਉਹਨਾਂ ਨੂੰ ਇਸ ਵੇਲੇ ਵੀਡੀਓ ਪਹੁੰਚੀ ਤੜਕੇ 2 ਵਜੇ ਤੁਰੇ ਅਤੇ ਦੁਪਹਿਰੇ ਮੇਰੇ ਕੋਲ 9-10 ਵਜੇ ਨੂੰ ਮੇਰੇ ਕੋਲ ਪਹੁੰਚ ਗਏ ਕੱਲ੍ਹ ਜਿਨ੍ਹਾਂ ਨੇ ਲੈਣ ਆਉਣਾ ਉਹ 400 ਕਿਲੋਮੀਟਰ ਦੂਰੋਂ ਵੀ ਆ ਗਿਆ ਅਤੇ ਜਿਨ੍ਹਾਂ ਨੇ ਨਹੀਂ ਲੈਣ ਆਉਣਾ ਉਹ ਅੱਧੇ ਘੰਟੇ ਦੀ ਵਾਟ ਤੋਂ ਵੀ ਨਹੀਂ ਆਏ ਅੱਧਾ ਘੰਟਾ ਵੀ ਮਾਤਾ ਦੂਰ ਆ ਜ਼ਿਆਦਾ ਵਾ ਮੰਨਦੇ ਹਾਂ ਵੀ ਚਲੋ ਅਸੀਂ ਆਪਣੀ ਚਲੋ ਗੱਲ ਮੰਨਦੇ ਹਾਂ ਅਸੀਂ ਤਾਂ ਜਿੱਦਣ ਆ ਪੁੱਤ ਸਾਡੇ ਘਰ ਸੁਣਿਆ ਦੇਣ ਆਇਆ ਨਾ ਇਹਨੂੰ ਮੈਂ ਕਿਹਾ ਵੀ ਅਸੀਂ ਪੁੱਤ ਅੰਮ੍ਰਿਤਸਰ ਤਾਂ ਹੀ ਫੇਰਿਆ ਹਾਂ ਲਾਗੇ ਬੰਨੇ ਫੇਰਿਆ ਹਾਂ ਜ਼ਿਆਦਾ ਇਹ ਡੇਰੇ ਸਾਹਿਬ ਜਾਂਦੀ ਮੈਂ ਤੇਰੇ ਕੋਲ ਉਦਣ ਵੀ ਇਹੋ ਬੇਨਤੀ ਕੀਤੀ ਸੀ ਵੀ ਇਹ ਡੇਰੇ ਸਾਹਿਬ ਜਾਂਦੀ ਇਹ ਡੇਰੇ ਸਾਹਿਬ ਅਸੀਂ ਲੱਭ ਆਏ ਹਾਂ ਅਸਲ 'ਚ ਜੱਗੀ ਜੀ ਇਹ ਚਾਹੁੰਦੇ ਆ ਪਤਾ ਕੀ ਆ ਸਾਨੂੰ ਨਹੀਂ ਲੱਭੀ ਇਹਨਾਂ ਦੇ ਘਰੋਂ ਵਾਰ ਵਾਰ ਜਾਣ ਦਾ ਕਰਕੇ ਵੀ ਨਾ ਅੱਕ ਚੁੱਕੇ ਨੇ ਜਿਵੇਂ ਬੰਦਾ ਪਰੇਸ਼ਾਨ ਹੋ ਜਾਂਦਾ ਨਾ ਇਹ ਪਰੇਸ਼ਾਨ ਹੋ ਗਏ ਨੇ ਮਤਲਬ ਹੁਣ ਇਹਨਾਂ ਨੂੰ ਵੀ ਖਿੱਚ ਨਹੀਂ ਹੈਗੀ ਵੀ ਇਹਨਾਂ ਨੂੰ ਲਿਆ ਕੇ ਘਰੇ ਵਾਪਸ ਰੱਖੀਏ ਡਰਦੇ ਨੇ ਇਹਨਾਂ ਦਾ ਇਹਨਾਂ ਨਾਲ ਕੋਈ ਰਿਲੇਸ਼ਨ ਹੀ ਨਹੀਂ ਰਹਿ ਗਈ ਸਿੱਧੀ ਗੱਲ ਦੱਸਾਂ ਇਹਨਾਂ ਦੀ ਇਨਸਾਨੀਅਤ ਇਹਨਾਂ ਦੀ ਇਹਨਾਂ ਪ੍ਰਤੀ ਰਹਿ ਹੀ ਨਹੀਂ ਗਈ ਠੀਕ ਹੈ ਜੀ ਇੱਕ ਹੁੰਦਾ ਨਾ ਬੰਦੇ ਨੂੰ ਮਜਬੂਰੀ ਹੁੰਦੀ ਆ ਕਿ ਮੈਂ ਉਹਨੂੰ ਸਾਂਭ ਨਹੀਂ ਸਕਦਾ ਠੀਕ ਹੈ ਜੀ ਕਿਉਂਕਿ ਉਹਨਾਂ ਦੀ ਚਲੋ ਕੋਈ 100 ਮਜਬੂਰੀ ਹੋ ਸਕਦੀ ਹੈ ਘਰ ਦੇ ਹਾਲਾਤ ਮੈਂ ਕਹਿ ਸਕਦਾ ਹਾਂ ਕਿ ਚੱਲ ਕੰਧਾ ਨਹੀਂ ਹੈਗਾ ਪਰ ਇਹ ਮਜਬੂਰੀ ਕਿਹੜੀ ਹੋਈ ਕਿ ਜਿਹੜੀ 10 ਕਿਲੋਮੀਟਰ ਦੂਰੋਂ ਜਾ ਕੇ ਮਾਂ ਨੂੰ ਵੀ ਨਹੀਂ ਮਿਲ ਸਕਦੇ ਨਹੀਂ ਦੇਖੋ ਜਾਣਾ ਚਾਹੀਦਾ ਇਹਨਾਂ ਦੇ ਬੱਚਿਆਂ ਨੂੰ ਜ਼ਰੂਰ ਜਾਣਾ ਚਾਹੀਦਾ ਇੱਕ ਬੇਟਾ ਬਾਹਰ ਇੱਕ ਬੇਟਾ ਨੇ ਇੱਥੇ ਆ ਤੇ 2 ਕਿ 3 ਬੇਟੇ ਆ 2 ਬੇਟੇ ਆ ਨਾ 3 ਬੇਟੇ ਆ ਸਾਰਿਆਂ ਦੇ 2 ਇੱਥੇ ਇੱਕ ਜਗਦੀ ਦੁਬਈ ਗਿਆ ਇੱਕ ਮੋਟਰਾਂ ਦਾ ਕੰਮ ਸਿੱਖਦਾ ਫਤਿਆਬਾਦ ਇੱਕ ਮੁੰਡਾ ਪੜਦਾ ਪਰ ਇਹਨੇ ਕਿਸੇ ਨੇ ਵੀ ਮਾਂ ਨੂੰ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਮਾਤਾ ਜੀ ਮੇਰੀ ਗੱਲ ਸੁਣੋ ਹੁਣ 3 ਪੁੱਤ ਮਾਂ ਨੇ ਪਾਲੇ ਆ ਉਹਦੇ ਉਦੋਂ ਵੀ ਤੇ ਛੱਪੜ ਇੱਥੇ ਹੀ ਹੋਊਗਾ ਭਾਵੇਂ ਜਿੱਧਰ ਮਰਜ਼ੀ ਰਹਿੰਦੇ ਹਾਂ ਮਾਤਾ ਜਦੋਂ ਪੁੱਤ ਘਰੇ ਨਾ ਨਾ ਆਵੇ ਪੁੱਤ ਭਾਵੇਂ ਦਿਮਾਗੀ ਅਪਸੈਟ ਹੋਵੇ ਭਾਵੇਂ ਸ਼ਰਾਬੀ ਹੋਵੇ ਅਤੇ ਭਾਵੇਂ ਭਲਾ ਮਾਨਸ ਹੋਵੇ ਜਿੰਨਾ ਚਿਰ ਮਾਂ ਦਾ ਪੁੱਤ ਘਰੇ ਨਹੀਂ ਹੁੰਦਾ ਮਾਂ ਉਹਨੂੰ ਵਿਚਾਰੀ ਗਲੀਆਂ 'ਚ ਲੱਭਦੀ ਰਹਿੰਦੀ ਆ ਤੁਹਾਡੇ ਕੀ ਲੱਗਦੇ ਮੰਨਦਾ ਵਾ ਭੈਣੇ ਮੇਰੀ ਗੱਲ ਸੁਣੋ ਮੈਂ ਮੰਨਦਾ ਤੁਸੀਂ ਅੱਕ ਗਏ ਜੀ ਠੀਕ ਹੈ ਤੁਸੀਂ ਇਹਨੂੰ ਸੰਭਾਲ ਨਹੀਂ ਸਕਦੇ ਪਰ ਤੁਹਾਡਾ ਫਰਜ਼ ਨਹੀਂ ਬਣਦਾ ਇੱਕ ਦਿਨ ਇਹਨਾਂ ਦੀ ਵਾਇਸ ਹੋਈ ਵੀ ਲੈਂਦਾ ਤੁਸੀਂ ਤਾਂ ਘਰੋਂ ਇੱਕ ਸਾਥੀ ਤੁਹਾਡੇ ਵਾਸਤੇ ਮਰ ਚੁੱਕੀ ਹੈ ਮਰ ਗਈ ਹੈ ਤੁਹਾਡੇ ਵਾਸਤੇ ਤੇ ਭੈਣੇ 3 ਮਹੀਨਿਆਂ ਬਾਅਦ ਆਇਆ ਵਾ ਇੱਕ ਦਿਨ ਬੰਦੇ ਦਾ ਮਤਲਬ ਕਿ ਮੰਨ ਲਓ ਕਿ ਚਲੋ ਤੁਹਾਨੂੰ ਕੋਈ ਕੰਮ ਪੈ ਗਿਆ 2 ਦਿਨ ਕੰਮ ਪੈ ਗਿਆ ਮਾਤਾ ਜੀ ਆਇਆ ਨਹੀਂ ਕੋਈ ਸਕੇ ਪੁੱਤ ਵਾ 3 ਪੁੱਤ ਹੋਣ ਤੇ ਵਿਚਾਰੀ ਮਾਂ ਮਾਤਾ ਜੀ ਜੋ ਮਰਜ਼ੀ ਹੋ ਜੇ ਤੇ 3 ਪੁੱਤ ਤੇ ਸਕੇ ਆ ਨਾ ਇਹਦੇ ਕਿ ਜਾਂ ਮਤਰੇ ਆ ਮੈਨੂੰ ਇਹ ਦੱਸੋ ਪਹਿਲਾਂ ਸਕੇ ਪੁੱਤ ਨਾ 3 ਹੁਣ ਤੁਹਾਡੇ ਵੀ ਪੁੱਤ ਹੋਣਗੇ ਤੁਸੀਂ ਨਿੱਕੇ ਹੁੰਦੇ ਕਿੱਦਾਂ ਪਾਲੇ ਪੁੱਤ ਕਿੰਨਾ ਸਤਾਉਂਦੇ ਰਹੇ ਤੁਹਾਨੂੰ ਠੀਕ ਹੈ ਜੇ ਇੱਕ ਮਾਂ 3 ਪੁੱਤਾਂ ਨੂੰ ਤੋਂ 27 ਮਾਂ ਇੱਕ ਪੁੱਤਾਂ ਨੂੰ ਸਾਂਭ ਸਕਦੀ ਆ ਕਿ 3 ਪੁੱਤ ਇੱਕ ਆਪਣੀ ਮਾਂ ਨੂੰ ਨਹੀਂ ਸਾਂਭ ਸਕਦੇ ਕਿ ਜਦੋਂ ਮੰਨ ਕੇ ਚਲੋ ਜਦੋਂ ਤੁਹਾਡੇ ਬੱਚੇ ਹੁੰਦੇ ਛੋਟੇ ਹੁੰਦੇ ਤੁਹਾਨੂੰ ਸਤਾਉਂਦੇ ਕੀ ਤੁਸੀਂ ਘਰੋਂ ਕੱਢ ਦਿੱਤੇ ਸੀ ਤੇ ਪੁੱਤਾਂ ਨੇ ਕਿਹੜਾ ਫਿਰ ਫਰਜ਼ ਸੰਭਾਲ ਲਿਆ ਆਪਣਾ
कल तुसी मंजे ते पैना, ठीक है जी, क्योंकि आना जाना मैं भी हाँ तो जाना तुम भी हाँ। कल तुम मंजे ते पैना, तुहाडा दिल करूगा कि जो मैं मंजे ते पै के मेरे परिवार वाले मेरे आश्रम च धक्का देना। चलोगे आश्रम च मेरे नाल? जिधर मंजे ते पै गए तुसी चलोगे आश्रम च? मालक दी कीती नहीं माता जी, अपनी कीती है, ये मालक दी नहीं कीती। हां सानू पोते ने बहुत ज्यादा ही बेनती करदे हैं, इना इना सानू ता कीता ही किन्नी बार। माता जी जदों तुसी मंजे ते पै गए तुसी भी तंग ही करना घर वाले नू। चलो जे कोई है जी तुसी भी तंग ही करना वा, ये पुत मेरे कर्मा जो हो। माता जी गलती माता जी अपने आप नहीं मननी चाहिए है। नहीं मानते आही ते पुत मेरा इदा कोई नहीं आंदे के विधि सद्यो उन्होंने बेटे सद्यो मानते दुख सुख पता नहीं रब ने चंगे भले शरीर का कदों की कर देना रब ही रखा है जी। हाँ सानू हर चीज मैनू ये गल नहीं है, मैं जितों तक मैं इन्हों भी सहमत वा कि यह नहीं सामभ सकते वक्री गल आ, पर जिते माता पहुँच गई आ उत्थे कि फोन ला के तो पता कर लेंगे। हाँ उन्होंने वस की गल नहीं है, ठीक है जी, वस की गल नहीं उन्होंने। चल माता मैं मान लिया, मेरी गल सुनी, मेरी गल तो गुस्सा ना करी, तुसी मान नहीं सांभी तो एदा हिस्सा तो सांभण डे जाना। हांजी एदा हिस्सा दो हैनू, अहीं आपे सांभ लांगे आश्रम वाले तो आप आके लैके गए, ठीक है जी, तो इन्हें आश्रम तक पहुंच भी नहीं, फोन तक नहीं लाया। माता जी असं पटियाले तो बजुर्ग लैके आए, एक बड़ा तगड़ा घराना से ਉਹਦੀਆਂ ਦੋਵੇਂ ਥੱਲੇ ਲੱਤਾਂ ਨਹੀਂ ਸੀ ਹੈਗੀਆਂ, ਰਿੰਗਣ ਡਿਆ ਸੜਕਾਂ 'ਤੇ, ਮੈਂ ਚੱਕ ਕੇ ਆਪਣੇ ਆਸ਼ਰਮ 'ਚ ਲੈ ਗਿਆ, ਦਸਾਂ ਦਿਨਾਂ ਬਾਅਦ ਉਹਦੀ ਮੌਤ ਹੋ ਗਈ ਅਤੇ ਉੱਤੋਂ ਚੜ੍ਹਾਈ ਕਰਕੇ ਆ ਗਏ ਵੀ ਤੁਸੀਂ ਸਾਡਾ ਬੰਦਾ ਮਾਰਤਾ। ਮੈਂ ਇਸੇ ਕਰਕੇ ਆਇਆ ਵਾਂ ਵੀ ਇਹਨਾਂ ਨੂੰ ਇੱਕ ਵਾਰੀ ਇਹਨਾਂ ਨੂੰ ਦੱਸਾਂ ਸਹੀ ਵੀ ਤੁਹਾਡੀ ਮਾਂ ਸਾਡੇ ਕੋਲ ਹੈਗੀ ਆ, ਪਤਾ ਤਾਂ ਇਹਨਾਂ ਨੂੰ ਉਦੋਂ ਦਾ ਹੀ ਆ। माता जी बड़े ताडे फोन आए, मेरे तो फोन ही नहीं चुके गए ताडे, एक बारी पहना आप हसन डे, कोई हसन वाली गल नहीं आ, रब रब ना करे कल नूं अपने ते इहो जिहा टाइम आ जाए ते आपां नूं कोई पुछे ना कल नूं। लोड़ नहीं है ते ना ते कोई जमीन, ठीक है, आप दे नां ते 5-7 किले फिर तुसीं मगर भजना ही आ। कुवारे नहीं सामभण डे, तो उन्होंने पुछदा नहीं तुहाडी मां कित्थे आ, कोई मान के चलो बाहर अंदर लंघदे आ जांदे आउंदे आ बंदे च बहिंदे उठदे आ, कदी किसी ने पुछा नहीं भी तुहाडी मां कित्थे आ? ओहो
ਕੋਈ ਗੱਲ ਫੇਰ ਜਾਂਦੀ ਆ ਚਲੋ ਫੇਰ ਤੁਸੀਂ ਸਾਨੂੰ ਆਂਦੇ ਹੋ ਉਹ ਪੁੱਤ ਤੇ ਅੱਕ ਗਏ ਆਂਦੇ ਅਸੀਂ ਬਾਰ ਬਾਰ ਲਿਆਉਂਦੇ ਇਹਨੂੰ ਸਾਨੂੰ ਲੋਕ ਬਾਹਰ ਟੀਚਰਾਂ ਕਰਦੇ ਅਸੀਂ ਇਹਨੂੰ ਬਾਰ ਬਾਰ ਲਿਆਉਂਦੇ ਹਾਂ ਪੁੱਤ ਗੱਲ ਤੇ ਫੇਰ ਉੱਥੇ ਹੀ ਆਉਂਦੀ ਆ ਮੁੰਡੇ ਅੱਜ ਕੱਲ੍ਹ ਦੇ ਜਿਹੜੇ ਤੁਹਾਨੂੰ ਪਤਾ ਜੀ ਟੀਚਰਾਂ ਕਰਨ ਵਾਲੇ ਕਈ ਘਰਾਂ ਦੇ ਵਿੱਚ ਮਾਤਾ ਜੀ ਮੇਰੀ ਗੱਲ ਸੁਣੋ ਤੁਹਾਨੂੰ ਗੱਲਾਂ ਪਤਾ ਕਿਉਂ ਆਉਣ ਡੀ ਹੈ ਜੀ ਕਿਉਂਕਿ ਤੁਹਾਨੂੰ ਇਹ ਸੰਭਾਲਣ ਡਿਆ ਤੇ ਇਹਨੂੰ ਸੰਭਾਲਣ ਨਹੀਂ ਡਿਆ ਤੁਸੀਂ ਹੁੰਦੇ ਮੰਜੇ ਤੇ ਪਏ ਤੇ ਤੁਹਾਨੂੰ ਕੋਈ ਸੰਭਾਲਦਾ ਨਾ ਤੇ ਤੁਸੀਂ ਆਪਣਾ ਰੋ ਰੋ ਕੇ ਦੁੱਖ ਦੱਸਣਾ ਸੀਗਾ ਅਸੀਂ ਤਾਂ ਪਤਾ ਹੁਣ ਵੀ ਰੋਨੇ ਮਾਤਾ ਰੱਬ ਤੋਂ ਡਰਨਾ ਚਾਹੀਦਾ ਵਾ ਕੱਲ ਨੂੰ ਤੇਰੇ ਤੇ ਟਾਈਮ ਆਉਣਾ ਵਾ ਆ ਮੇਰੇ ਤੇ ਵੀ ਜਾਣਾ ਵਾ ਮੈਂ ਨਹੀਂ ਕਹਿੰਦਾ ਵੀ ਮੈਂ ਰੱਬ ਤੋਂ ਵੀ ਲਿਖਾ ਕੇ ਲਿਆ ਵੀ ਮੇਰੇ ਤੇ ਟਾਈਮ ਨਾ ਆਵੇ ਆ ਮੇਰੇ ਤੇ ਵੀ ਜਾਣਾ ਵਾ ਪਰ ਰੱਬ ਤੋਂ ਡਰਨਾ ਚਾਹੀਦਾ ਵਾ ਕਿਸੇ ਤੇ ਵੀ ਸਮਾਂ ਆ ਸਕਦਾ ਵਾ ਮੇਰੇ ਤੇ ਤੁਹਾਨੂੰ ਮੈਨੂੰ ਇਹ ਸ਼ਿਕਵਾਣੀ ਆ ਕਿ ਤੁਸੀਂ ਇਹਨੂੰ ਸੰਭਾਲਿਆ ਕਿਉਂ ਨਹੀਂ ਆ ਮੈਨੂੰ ਇਹ ਸ਼ਿਕਵਾ ਕਿ ਤੁਸੀਂ ਇਹਦਾ ਪਤਾ ਹੀ ਕਿਉਂ ਨਹੀਂ ਲਿਆ ਇੰਨਾ ਚਿਰ ਹੋ ਗਿਆ ਮੇਰੇ ਤੋਂ ਤੁਸੀਂ 3 ਮਹੀਨੇ ਹੋ ਗਏ ਆ ਇਹ ਪੁੱਤ ਹੱਥੋਂ ਕੱਢੀ ਹੋ ਗਏ ਅਸੀਂ ਜਦੋਂ ਇਹ ਪੁੱਤ ਨੇ ਆਣ ਕੇ ਦੱਸਿਆ ਅਸੀਂ ਇਹਦੇ ਕੋਲ ਸੰਗਤ ਜੀ ਇਹ ਮਾਤਾ ਨੂੰ ਅਸੀਂ ਲੈ ਕੇ ਆਂਦਾ ਅੰਮ੍ਰਿਤਸਰੋਂ ਇਹ ਨਾਨਕ ਸੀਗਾ ਇੰਡੀਆ ਗੇਟ ਤੋਂ ਇੰਡੀਆ ਗੇਟ ਤੋਂ ਮਾਤਾ ਜੀ ਨੂੰ ਲੈ ਕੇ ਆਂਦਾ ਇੱਥੋਂ 3 ਮਹੀਨੇ ਪਹਿਲਾਂ ਅਤੇ ਇਹ ਜਿਹੜੇ ਵੀਰ ਤੁਸੀਂ ਵੇਖ ਰਹੇ ਜੇ ਇਹ ਮੇਰੇ ਮਾਸੀ ਜੀ ਦੇ ਪੋਤਰੇ ਆ ਜਦੋਂ ਮੈਂ ਮਾਤਾ ਜੀ ਨੂੰ ਮਿਲਿਆ ਮੈਂ ਮਾਤਾ ਜੀ ਨੂੰ ਪੁੱਛਿਆ ਮਾਤਾ ਜੀ ਕੀ ਨਾਮ ਆ ਤੁਹਾਡਾ ਅਤੇ ਕਿਹੜਾ ਪਿੰਡ ਵਾ ਮਾਤਾ ਜੀ ਕਹਿੰਦੇ ਕਿ ਮੇਰਾ ਪਿੰਡ ਫੇਲੋ ਕੇ ਆ ਜ਼ਿਲ੍ਹਾ ਤਰਨ ਤਾਰਨ ਇੰਨੇ ਸ਼ਹਿਰ ਆ ਪਨੂਆਂ ਦੇ ਲਾਗੇ ਪਿੰਡ ਪੈਂਦਾ ਅਤੇ ਮੈਂ ਉਸੇ ਵੇਲੇ ਆਪਣੀ ਮਾਸੀ ਜੀ ਦੇ ਬੇਟੇ ਨੂੰ ਪੋਤਰੇ ਨੂੰ ਫੋਨ ਲਾਇਆ ਕਿਉਂਕਿ ਮੇਰੇ ਇਹਨਾਂ ਦਾ ਪਿੰਡ ਇਹੋ ਸੀਗਾ ਅਤੇ ਮੈਂ ਇਹਨਾਂ ਨੂੰ ਫੋਨ ਲਾ ਕੇ ਇੱਕ ਮੇਰੇ ਕੋਲ ਮਾਤਾ ਵਾ ਉਹ ਆਪਣਾ ਪਿੰਡ ਫੇਲੋ ਕੇ ਦੱਸ ਰਿਹਾ ਤੁਸੀਂ ਪਛਾਣ ਕਰਕੇ ਦੱਸਿਓ ਕਿ ਤੁਹਾਡੇ ਪਿੰਡ ਦੇ ਆ ਵੀਰ ਜੀ ਉਹਨਾਂ ਨੇ ਫੋਟੋ ਵੇਖਦੇ ਸਾਰੀ ਪਛਾਣ ਲਿਆ ਕਿ ਮਾਤਾ ਸਾਡੇ ਪਿੰਡ ਦੇ ਨੇ ਅਤੇ ਮੈਂ ਬੇਨਤੀ ਕੀਤੀ ਵੀਰ ਜੀ ਨੂੰ ਕਿ ਵੀਰ ਜੀ ਤੁਸੀਂ ਇਹਨਾਂ ਦੇ ਘਰ ਪਹੁੰਚ ਕੇ ਮੇਰਾ ਸੁਨੇਹਾ ਦੇ ਦਿਓ ਕਿ ਤੁਹਾਡੀ ਮਾਂ ਅੰਮ੍ਰਿਤਸਰ ਫਿਰਦੀ ਪਈ ਹੈ ਲਵਾਰਸ ਹਾਲਤ ਦੇ ਵਿੱਚ ਭੈਣੇ ਉੱਥੇ ਮਿਲਟਰੀ ਸੀਗੀ ਕਿ ਉਹਨਾਂ ਨੇ ਲਿਆ BSF ਦੀ ਹੁੰਦੀ ਚੌਂਕੀ ਸੀ ਉੱਥੇ ਸੜਕਾਂ 'ਤੇ ਫਿਰਨ ਡਿਆ ਸੀ ਇਹ ਕੋਈ ਭਗਤ ਪਰਿਵਾਰ ਸੀਗਾ ਜਿਨ੍ਹਾਂ ਨੇ ਮੈਨੂੰ ਫੋਨ ਲਾ ਕੇ ਦੱਸਤਾ ਨਹੀਂ ਅਤੇ ਕਈ ਲੋਕ ਐਵੇਂ ਦੇ ਹੈਗੇ ਆ ਕਿ ਮੱਝਾਂ ਵਾਸਤੇ ਸਾਰੀ ਉਮਰ ਗੋਹਾ ਸਟਾਉਂਦੇ ਰਹਿੰਦੇ ਆ ਮਾਂ ਮੇਰੀਆਂ ਮਾਵਾਂ ਵਰਗੀ ਆ ਅੱਜ ਕੱਲ੍ਹ ਕਲਯੁੱਗ ਅੱਜ ਕੋਈ ਕਿਸੇ ਨੂੰ ਛੱਡਦਾ ਨਹੀਂ ਜੇ ਮੇਰੀਆਂ ਵੀ ਦੋਤੀਆਂ ਮੈਂ ਕਹਿੰਦਾ ਚੰਗਾ ਨਹੀਂ ਲੱਗਦਾ ਪਰ ਜੋ ਕਲਯੁੱਗ ਆ ਪਰ ਉਹਨਾਂ ਨੂੰ ਆਪਦੀ ਮਾਂ ਨਾਲ ਕੋਈ ਮਤਲਬ ਨਹੀਂ ਆ ਜਿਨ੍ਹਾਂ ਨੂੰ ਲੋੜ ਹੁੰਦੀ ਆ ਨਾ ਜਿਹਨਾਂ ਨੂੰ ਲੋੜ ਹੁੰਦੀ ਆ ਉਹ ਸਾਂਭ ਵੀ ਲੈਂਦੇ ਆ ਉਹ ਇਹਨਾਂ ਨੂੰ ਲੋੜ ਹੀ ਨਹੀਂ ਹੈਗੀ ਧੀ ਪੁੱਤ ਮਾੜੇ ਜਾਂ ਪੈਂਦੇ ਪੋਲੀ ਹੋਇਆ ਸਾਰੀ ਉਮਰ ਮਾਂ ਪਿਓ ਰੇੜੀਆਂ 'ਚ ਲਈ ਫਿਰਦਾ ਉਹਨਾਂ ਨੂੰ ਵੀਲ ਚੇਅਰਾਂ 'ਤੇ ਲਈ ਫਿਰਦਾ ਉਹ ਵੀ ਤਾਂ ਸਾਂਭਦੇ ਹੀ ਆ ਜੀ ਮਾੜਾ ਧੀ ਪੁੱਤ ਇਹਨਾਂ ਨੇ ਸੁੱਟ ਸੁੱਟੀ ਸੀ ਇਹਨਾਂ ਨੇ ਛੱਡ ਦਿੱਤੀ ਸੀ ਇਹਨਾਂ ਨੇ ਦੁਖੀ ਤਾਂ ਭੈਣੇ ਮਾਤਾ ਜੀ ਇਹਨਾਂ ਦਾ ਫਰਜ਼ ਬਣਦਾ ਸੀ ਜਦੋਂ ਅਸੀਂ ਲੈ ਕੇ ਆਏ ਆ ਸਾਨੂੰ ਆਪਣਾ ਦੁੱਖ ਦੱਸਦੇ ਵੀ ਪੁੱਤ ਅਸੀਂ ਆਵਾਂਗੇ ਮਿਲਣ ਗਿਲ ਲਾਵਾਂਗੇ ਠੀਕ ਹੈ ਜੀ ਮਿਲਣ ਗਿਲ ਮਾਂ ਨੂੰ ਆਵਾਂਗੇ ਅਸੀਂ ਇਹਦਾ ਦੁੱਖ ਸੁੱਖ ਵੰਡਾਵਾਂਗੇ ਪਰ ਅਸੀਂ ਇਹਨੂੰ ਸੰਭਾਲ ਨਹੀਂ ਸਕਦੇ ਹਾਂਜੀ ਇਹਨਾਂ ਜਿਉਂਦੇ ਜੀ ਮਾਰ ਦਿੱਤੀ ਆਪਣੀ ਮਾਂ ਇਹ ਅਸਲੀਅਤ ਆ ਦੇਖੋ ਜਦੋਂ ਉਹਨਾਂ ਦਾ ਸੁਭਾਅ ਉਦਾਂ ਦਾ ਆਪਾਂ ਨੂੰ ਐਡਜਸਟਮੈਂਟ ਕਰਨੀ ਪੈਣੀ ਕਿਉਂ ਘਰੇ ਅਸੀਂ ਰੱਖਣਾ ਚਲੋ ਜੀ ਐਡਜਸਟਮੈਂਟ ਨਹੀਂ ਤੇ ਵੀਰ ਜੀ ਇੰਨਾ ਤੇ ਕਰਦੇ ਕਿ ਆਸ਼ਰਮ 'ਚ ਜਦੋਂ ਦਾ ਗੱਲ ਕਰਾਈ ਹੈ ਇੱਕ ਵਾਰੀ ਜਾਂਦੇ ਉੱਥੇ ਪਹੁੰਚਦੇ ਪਤਾ ਕਰਦੇ ਵੀ ਚਲੋ ਉੱਥੇ ਮਜਬੂਰੀ ਦੱਸਦੇ ਵੀ ਆਹ ਗੱਲ ਤੁਸੀਂ ਇੱਕ ਗੱਲ ਦੱਸੋ ਆਂਟੀ ਜੀ ਭੈਣ ਇਹ ਮਾਂ ਮੇਰੀ ਆ ਇਹ ਇਹਦੇ ਨਾਲੋਂ ਵੀ ਹੋਰ ਜ਼ਿਆਦਾ ਬਿਮਾਰ ਹੁੰਦੀ ਹੱਦੋਂ ਜ਼ਿਆਦਾ ਬਿਮਾਰ ਹੁੰਦੀ ਇਹਦੇ ਨਾਂ 'ਤੇ ਕਿੱਲਾ ਵੀ ਜ਼ਮੀਨ ਹੁੰਦੀ ਅਤੇ ਮਗਰ ਨਾ ਪਹੁੰਚਦੇ ਤੁਸੀਂ ਸੱਚ ਦੱਸਿਓ ਪਹੁੰਚਦੇ ਕਿ ਨਾ ਪਹੁੰਚਦੇ ਪਹੁੰਚਣਾ ਸੀ ਨਾ ਮੈਂ ਬੜਾ ਚਿਰ ਮੈਨੂੰ ਬੜੀ ਯਾਰੀ ਮਨ 'ਚ ਬਾਲਾ ਜਿਹਾ ਆਇਆ ਯਾਰ ਮਾਤਾ ਜੀ ਲੈ ਕੇ ਕਿਉਂ ਆਉਣਾ ਵਾ ਜਿਹਦੀ ਮਾਂ ਉਹਨੇ ਆਪ ਲੈਣ ਜਾਣਾ ਹੱਦ ਹੋ ਗਈ ਅਸੀਂ ਤਾਂ 3 ਮਹੀਨੇ ਨਹੀਂ ਆਏ ਤੇ ਪਹੁੰਚਣਾ ਨਹੀਂ ਆ ਮੈਂ ਤੈਨੂੰ ਦੱਸਦਾ ਜੀ ਇਹ ਵੀ ਹੁਣ ਵੀਰ ਨੂੰ ਕੱਲ੍ਹ ਦੁਬਾਰਾ ਫੋਨ ਕੀਤਾ ਹੈ ਕਿਉਂ ਨਹੀਂ ਪਤਾ ਮੈਂ ਵੀਰ ਜੀ ਹੁਣ ਪਏ ਉੱਧਰ ਨਹੀਂ ਭੇਜਤਾ ਸੀਗਾ ਲੰਬਰ ਦੇ ਦੇ ਇਹਨਾਂ ਕੋਲੋਂ ਲੈਂਦੇ ਤੇ ਫੇਰ ਹੀ ਜਾਂਦੇ ਸਾਨੂੰ ਨਹੀਂ ਥਾਂ ਟਿਕਾਣੇ ਦਾ ਪਤਾ ਸੀ ਇਹਨਾਂ ਕੋਲ ਲੰਬਰ ਲੈ ਕੇ ਮਾਤਾ ਮਰਾਣਾ ਪਿੰਡ ਵਾ ਇੱਥੋਂ ਅੱਧੇ ਘੰਟੇ ਦਾ ਰਾਹ ਵਾ ਸਾਰਾ ਮੈਨੂੰ ਦੱਸ ਦੇ ਮੈਂ ਇਹਨਾਂ ਇਹਨਾਂ ਕੋਲ ਤੁਸੀਂ ਚੱਲ ਮੇਰੇ ਥਾਂ ਟਿਕਾਣੇ ਦਾ ਨਹੀਂ ਪਤਾ ਇਹ ਵੀਰ ਦੇ ਥਾਂ ਟਿਕਾਣੇ ਦਾ ਪਤਾ ਹੈਗਾ ਗੱਡੀ ਮੇਰੇ ਕੋਲ ਮੈਂ ਨਾਲ ਇਹਦੇ ਕੋਲ ਤੇ ਪੁੱਤ ਅਸੀਂ ਤੇਰੇ ਕੋਲ ਜਾਂਦੇ ਨੇ ਤੂੰ ਹੀ ਆਨੋ ਮਾਤਾ ਚੱਲ ਆਪਾਂ ਚੜੇ ਚੜਦੇ ਆਪਾਂ ਨੂੰ ਇਹ ਬਾਹਰ ਬਾਹਰ ਸਾਡੀ ਨਹੀਂ ਇਹਨਾਂ ਗੱਲਾਂ ਦਾ ਭੇਤ ਕੀਤੀ ਤੁਸੀਂ ਤੇ ਕਿਹਾ ਵੀ ਅਸੀਂ ਤੈਨੂੰ ਕੋਈ ਆਸ਼ਰਮ 'ਚ ਰਵੇ
ਅਸੀਂ ਸੌਖੇ ਰਾਹ ਪੈ ਜਾਾਂਗੇ ਲੈ ਮਾਂ ਘਰੇ ਆਈ ਹੋਵੇ ਤੇ ਕਿਉਂ ਨਹੀਂ ਆਉਣ ਦਿੰਦੇ ਮਾਤਾ ਡਰਦੇ ਨਹੀਂ ਆਉਣ ਡਿਆ ਘਰੇ अच्छा जी होर ठीक जी आ जाओ पाओ जी इतने बहुत इतने इतने बह जाओ ਹੋਰ ਠੀਕ ਹੈ ਵੀਰ ਜੀ ਪਿੰਡ ਮਰਾਣੇ ਤੋਂ ਆਸ਼ਰਮ ਚੋਂ ਆਏ ਹਾਂ ਠੀਕ ਹੈ ਜੀ ਅੱਜ ਤੋਂ ਮੈਨੂੰ 3 ਮਹੀਨੇ ਪਹਿਲਾਂ ਕਾਲ ਆਉਂਦੀ ਆ ਅੰਮ੍ਰਿਤਸਰ ਇੰਡੀਆ ਗੇਟ ਲਾਗੋਂ ਕਿ ਇੱਕ ਪੰਜਾਬੀ ਮਾਂ ਵਾ ਮੈਂਟਲੀ ਅਪਸੈਟ ਵਾ ਅਤੇ ਇੱਥੇ ਲਵਾਰਸਾ ਵਾਂਗੂ ਤੁਰੀ ਫਿਰਦੀ ਆ ਫੌਜੀ ਉਹਨੂੰ ਉੱਥੋਂ ਭਜਾਉਂਦੇ ਆ ਛਾਉਣੀ ਸੀ ਫੌਜੀਆਂ ਦੀ ਉੱਥੋਂ ਭਜਾਉਂਦੇ ਆ ਅਤੇ ਫਿਰ ਉਹ ਘੰਟੇ 2 ਘੰਟੇ ਬਾਅਦ ਫਿਰ ਉੱਥੇ ਆ ਜਾਂਦੀ ਸੜਕ 'ਤੇ ਆ ਜਾਂਦੀ ਆ ਅਤੇ ਜ਼ਮਾਨਾ ਨਹੀਂ ਸਹੀ 100 ਦੁਰਘਟਨਾ ਘੱਟ ਸਕਦੀ ਹੈ ਅਤੇ ਉਹ ਮਾਂ ਨੂੰ ਆਪਾਂ ਉਹਦਾ ਪਰਿਵਾਰ ਲੱਭ ਕੇ ਉਹਨੂੰ ਟਿਕਾਣੇ 'ਤੇ ਪਹੁੰਚਾਈਏ ਜੀ ਮੈਂ ਚਲੋ ਮਾਤਾ ਨੂੰ ਮੈਂ ਲੈ ਜਾਂਦਾ ਮਾਤਾ ਨਾਲ ਮੈਂ ਇੱਦਾਂ ਗੱਲਬਾਤ ਕਰਦਾ ਮਾਤਾ ਨੂੰ ਪੁੱਛਦਾ ਮਾਤਾ ਤੁਹਾਡਾ ਪਿੰਡ ਕਿਹੜਾ ਵਾ ਕਿੱਥੋਂ ਦੀ ਰਹਿਣ ਵਾਲੀ ਜੀ ਠੀਕ ਹੈ ਜੀ ਮਾਤਾ ਕਹਿ ਦਿੰਦੀ ਕਿ ਮੇਰਾ ਪੁੱਤ ਪਿੰਡ ਵਾ ਫੇਲੋ ਕੇ ਹੁਣ ਮੇਰਾ ਪਿੰਡ ਵੀ ਮਰਾਣਾ ਵਾ ਫੇਲੋ ਕੇ ਮੈਨੂੰ ਪਤਾ ਮੇਰੀ ਮਾਸੀ ਜੀ ਦਾ ਪਰ ਪਿੰਡ ਵਾ ਅਤੇ ਮੈਂ ਉਸੇ ਵੇਲੇ ਰਾਜੂ ਵੀਰ ਜੀ ਹੋਣਾਂ ਨੂੰ ਫੋਨ ਲਾਉਂਦਾ ਕਿ ਵੀਰ ਜੀ ਇੱਕ ਮੇਰੇ ਕੋਲ ਮਾਤਾ ਵਾ ਅੰਮ੍ਰਿਤਸਰੋਂ ਮਿਲੀ ਆ ਅਤੇ ਉਹ ਆਪਣਾ ਪਿੰਡ ਫੇਲੋ ਕੇ ਦੱਸਦੀ ਆ ਇਹ ਕਹਿੰਦੇ ਫੋਟੋ ਭੇਜੋ ਮੈਂ ਫੋਟੋ ਮਾਤਾ ਜੀ ਦੀ ਭੇਜਦਾ ਇਹ ਵੀਰ ਜੀ ਕਹਿੰਦੇ ਕਿ ਹਾਂ ਇਹ ਮਾਤਾ ਮੇਰੇ ਪਿੰਡ ਤੋਂ ਆ ਮੈਂ ਪਰਿਵਾਰ ਬਾਰੇ ਪੁੱਛਣਾ ਕਹਿੰਦੇ ਸਾਰਾ ਘਰ ਪਰਿਵਾਰ ਹੈਗਾ ਬੱਚੇ ਵੀ ਹੈਗੇ ਆ ਠੀਕ ਹੈ ਜੀ ਘਰ ਵਾਲਾ ਵੀ ਹੈਗਾ ਵਾ ਸੱਸ ਸਹੁਰਾ ਸਭ ਕੁਝ ਸਾਰੇ ਹੈਗੇ ਆ ਫਿਰ ਮੈਂ ਕਿਹਾ ਮੇਰੀ ਪਰਿਵਾਰ ਨਾਲ ਗੱਲ ਕਰਾਓ ਉੱਥੇ ਹੀ ਬੈਠਿਆ ਨਹੀਂ ਪਰਿਵਾਰ ਨਾਲ ਵੀਰ ਜੀ ਹੋਣਾ ਗੱਲ ਕਰਾਈ ਇਹ ਕਹਿੰਦੇ ਵੀਰ ਜੀ ਹਾਂ ਸਾਡੀ ਮਾਤਾ ਵਾ ਅਤੇ ਮੈਂ ਕਿਹਾ ਵੀਰ ਜੀ ਚਲੋ ਧੰਨਵਾਦ ਤੁਹਾਡਾ ਮੈਂ ਕਿਹਾ ਮੈਂ ਮਰਾਣੇ ਆਸ਼ਰਮ 'ਚ ਲੈ ਚੱਲਿਆ ਅਤੇ ਤੁਸੀਂ ਆਣ ਕੇ ਤਾਂ ਲੈ ਜਾਓ ਉੱਥੋਂ ਤੁਸੀਂ ਸੱਚ ਜਾਣਿਓ ਇਸ ਗੱਲ ਨੂੰ 3 ਮਹੀਨੇ ਹੋ ਗਏ ਆ ਇਹਨਾਂ ਲੈਣ 'ਤੇ ਕੀ ਜਾਣਾ ਇੱਕ ਵਾਰੀ ਫੋਨ ਕਰਕੇ ਵੀ ਮਾਤਾ ਦਾ ਸੁਰ ਪਤਾ ਨਹੀਂ ਲਿਆ ਕੇ ਹੈਗੀ ਆ ਜਾਂ ਮਰ ਗਈ ਆ ਦੱਸੋ ਇਹਨਾਂ ਵਾਸਤੇ ਚੰਗੀ ਗੱਲ ਆ 3 ਪੁੱਤ ਵਾ 1 ਨਾਦਾ ਜੇ 9ਵਾਂ ਆ ਗਈਆਂ ਉਹ ਵੱਖਰੀ ਗੱਲ ਹੋ ਜਾਂਦੀ ਆ ਕਿ 9ਵਾਂ ਆ ਜਾਂਦੀਆਂ ਵਾ ਘਰੇ ਠੀਕ ਹੈ ਜੀ 100 13 ਮੇਰ ਹੋ ਜਾਂਦੀ ਹਜੇ ਤਾਂ ਕੁਆਰੇ ਨਹੀਂ ਮਾਂ ਨੂੰ ਸਾਂਭਣ ਡਿਆ ਤਾਂ ਬਾਹਰ ਕੀ ਸਾਂਭਣਗੇ ਵੀ ਕਹਿੰਦੇ ਮਾਂ ਕਹਿੰਦੀ ਆ ਕਿ ਸਾਡੀ ਮਜਬੂਰੀ ਆ ਪੁੱਤ ਸਾਡੀਆਂ ਕੰਧਾਂ ਨਹੀਂ ਹੈਗੀਆਂ ਕੁਝ ਨਹੀਂ ਹੈਗਾ ਮੈਂ ਮੰਨ ਗਿਆ ਇਹਨਾਂ ਦੀ ਮਜਬੂਰੀ ਆ ਕਿ ਇਹ ਦਿਮਾਗੀ ਅਪਸੈਟ ਇਹਨਾਂ ਦੀ ਮਜਬੂਰੀ ਆ ਪਰ ਇਹ ਕਿੱਡੀ ਕੁ ਮਜਬੂਰੀ ਆ ਕਿ ਇੱਥੋਂ ਦੇ ਮਤਲਬ ਕਿ 1/2 ਘੰਟੇ ਦਾ ਰਾਹ ਪਹੁੰਚ ਨਹੀਂ ਸਕਦੇ ਪਹੁੰਚਣਾ ਵੀ ਦੂਰ ਦੀ ਗੱਲ ਫੋਨ 'ਤੇ ਗੱਲ ਵੀ ਨਹੀਂ ਕੀਤੀ ਮਤਲਬ ਕਿ ਇਹਨਾਂ ਨੇ ਆਪਦਿਲੋਂ ਮਰਿਆ ਆਪਦਿਲੋਂ ਸੁੱਟ ਕੀਤੀ ਆ ਆਪਦਿਲੋਂ ਸੁੱਟ ਸੁੱਟੀ ਆ ਹਾਲ ਤੱਕ ਨਹੀਂ ਯਾਰ ਪੁੱਛਿਆ ਇਹਨਾਂ ਦਾ ਯਾਰ ਕੱਲ੍ਹ ਨੂੰ ਮੇਰੇ ਕੋਲੋਂ ਕੁਝ ਹੋ ਜਾਵੇ ਮਾਂ ਰੱਬ ਨਾ ਕਰੇ ਹੈ ਨਾ ਸਵਾਸਾਂ ਦਾ ਪਤਾ ਨਹੀਂ ਮੇਰਿਆਂ ਦਾ ਨਹੀਂ ਪਤਾ ਤੁਹਾਡਿਆਂ ਦਾ ਨਹੀਂ ਪਤਾ ਹੈ ਨਾ ਰੱਬ ਨਾ ਕਰੇ ਇੱਥੇ ਮਾਤਾ ਨੂੰ ਕੁਝ ਹੋ ਜਾਵੇ ਠੀਕ ਹੈ ਜੀ ਕੱਲ੍ਹ ਨੂੰ ਮੇਰੇ 'ਤੇ ਚੜ੍ਹ ਕੇ ਆਏ ਨੂੰ ਤੁਹਾਡੀ ਮਾਂ ਮਾਰਤੀ ਹਾਂ ਉਹ ਗੱਲ ਉਹਦਾ ਕਰਕੇ ਮੈਂ ਅੱਜ ਇੱਥੇ ਆਇਆ ਵਾਂ ਕਿ ਉਸ ਬਜ਼ੁਰਗ ਨੂੰ ਮੈਂ ਲੈ ਕੇ ਆਇਆ 10 ਦਿਨ ਹੋ ਗਿਆ ਜੇ ਲੈ ਕੇ ਆਇਆ ਨੂੰ ਹਰਿਆਣੇ ਤੋਂ ਠੀਕ ਹੈ ਜੀ ਲੈ ਕੇ ਆਇਆ ਮੇਰੇ ਕੋਲ ਮੌਤ ਹੋ ਗਈ ਉਹਦੀ ਹਾਂ ਮੇਰੇ ਕੋਲ ਉਹਨਾਂ ਦੀ ਮੌਤ ਹੋ ਗਈ ਅਤੇ ਮੇਰੇ ਕੋਲ ਚੜ੍ਹ ਕੇ ਆ ਗਏ ਕਿ ਤੁਹਾਡਾ ਬਜ਼ੁਰਗ ਮਾਰਤਾ ਉਹ ਤਾਂ ਮੇਰੇ ਕੋਲ ਵੀਡੀਓ ਸੀ ਉੱਥੋਂ ਦੀ ਮੈਂ ਕਿਹਾ ਜਦੋਂ ਮੈਂ ਉੱਥੇ ਰਿੰਗਣ ਡਿਆ ਸੀਗਾ ਮੈਂ ਤੁਹਾਨੂੰ ਉੱਥੇ ਫੋਨ ਲਾਇਆ ਤੁਸੀਂ ਨਹੀਂ ਆਏ ਠੀਕ ਹੈ ਜੀ ਹਾਂ ਅਤੇ ਤੁਸੀਂ ਹੁਣ ਪਹੁੰਚ ਗਏ ਜੇ ਹੁਣ ਰੱਬ ਨਾ ਕਰੇ ਕੱਲ੍ਹ ਨੂੰ ਮਾਤਾ ਨੂੰ ਕੁਝ ਹੋ ਜੇ ਅਤੇ ਮੈਂ ਫਿਰ ਮੈਨੂੰ ਇਹ 'ਤੇ ਚੜ੍ਹ ਕੇ ਆਏ ਨਾ ਫਿਰ ਯਾਰ ਹੱਦ ਯਾਰ ਇਹਨਾਂ ਲੋਕਾਂ ਦੀ ਅਤੇ ਹੋਰ ਇਹਦੇ 'ਚ ਕੰਪਲੇਂਟ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਠੀਕ ਆਪਦੀ ਮਾਂ ਵਾ ਪਰ ਚਲੋ ਮਿਲਣਾ ਮਿਲਾਉਣਾ ਪਰਿਵਾਰ ਨੂੰ ਚਾਹੀਦਾ ਸੀ ਉਹ ਤੇ ਇਹਨਾਂ ਨੂੰ ਆਪਦੀ ਸੋਚ ਚਾਹੀਦੀ ਜਾਂ ਬੱਚਿਆਂ ਨੂੰ ਚਾਹੀਦੀ ਸੀ ਮਾਂ ਨੂੰ
माता मेरे मेरे ना रहेंगे आश्रम च रहेंगे थोड़े दिन नहीं खिच नहीं है नहीं है खत्म आ प्यार जिदी जी मरी है इन्होंने वास्ते दुख भी ताद लगा यार एक ना एक नहीं पुत दो नहीं तीन पुत नहीं बच्चे भी एक मिलाइए दुनिया नूं बच्चे भी विखाइए भी किहो जिहे बच्चे वीरे आपणा आपां बीमार हो जाने आ छोटे होंदे आ माँ प्यो नूं किन्ना सताउंदे आ ठीक है जी कि अपना माँ प्यो आपां घरों कढ दिंदा जिन्ना चिर मैं घरे नहीं ना जांदा मैं अजे वेलो मेरी 35 साल उम्र हो गई आ जिन्ना चिर मैं घरे नहीं ना जांदा उन्ना चिर मेरी माँ ने अद्धे अद्धे घंटे बाद मैनूं फोन लाउणा वा रोज़ भी किथे आ ठीक है जी ते एक वारी फोन तक नहीं लाया इन्हां ने जे तुहानू एदां कोई होवे ते तुहानू ना कोई संभाले दुख लगू कि नहीं तुहानू कोई ऐदा ना संभाले बच्चे ना ताड़े संभालन दुख लगूगा कि नहीं लगूगा नहीं लगूगा अच्छा दिमागी सही भी विचार तीन महीने पहलो अज का विचार मन की सारे परिवार की सोच भी अपनी मम्मी या तू अपनी जनानी घरे रखना कि आश्रम च ही रवे की विचार मम्मी तेरी आ बैठी मुंडा भी आंदा चलो तेरे मन की सोच अच्छा तू उस गल तो डरदा हां जो गल तू पहले की थी कोई खुदा ना खासता नेकी हो जाए अज भी उस गल तो डरते हो क्यों माता जी ताडे कोई मन दी होर गल आपा खुल के गल करने नहीं पता अपने मन दी अही सिर्फ डरदे ही ਹੋਰ ਅਸੀਂ ਕਿਸੇ ਗੱਲੋਂ ਨਹੀਂ ਡਰਦੇ ਜੇ ਜੱਗੀ ਵੀਰ ਆਪਣੇ ਕੋਲ ਉੱਥੇ ਮਰਾਣੇ ਲੈ ਜਾਂਦਾ ਆਸ਼ਰਮ 'ਚ ਅਤੇ ਆਪਾਂ ਕੋਈ ਪਿੱਛੇ ਉਹਨੂੰ ਮਿਲਣ ਜਾਇਆ ਕਰਾਂਗੇ ਕੋਈ ਟਾਈਮ 'ਤੇ ਕੱਲ੍ਹ ਨੂੰ ਕੋਈ ਬੱਚਿਆਂ ਦਾ ਵਿਆਹ ਕਰਦੇ ਹਾਂ ਆਪਾਂ ਨੂੰ ਲੋੜ ਪਊ ਆਪਾਂ ਕਰਕੇ ਦਿਹਾੜੀ ਦੋ ਪਤਾ ਨਹੀਂ ਵਿਚਾਰੀ ਬੱਚਿਆਂ ਦੇ ਵਿਆਹ 'ਤੇ ਪਤਾ ਨਹੀਂ ਇਹਨੂੰ ਦੱਸਣਾ ਕਿ ਨਹੀਂ ਦੱਸਣਾ ਜਾਗਦਾ ਹੋ ਕੋਈ ਆਪਾਂ ਉਹਨੂੰ ਸਮਿਆਂ 'ਤੇ ਯਾਦ ਕਰ ਲਾਂਗੇ ਆਪਾਂ ਇਹ ਗੱਲ ਜਿਹੜੀ ਹੈ ਨਾ ਇਹ ਅਸੀਂ ਬੱਚਿਆਂ ਦਾ ਕੋਈ ਦਿਨ ਕਰੀਏ ਕੁਛ ਕਰੀਏ ਅਸੀਂ ਇਹਨੂੰ ਦੱਸਾਂਗੇ ਇਹਨੂੰ ਉਸ ਦਿਨ ਨੂੰ ਜੇ ਆ ਸਕੂ ਤਾਂ ਅਸੀਂ ਘਰ ਵੀ ਲਿਆਵਾਂਗੇ ਸੱਚ ਜਾਣਿਓ ਦੀਵਾਲੀ 10 ਦਿਨਾਂ ਨੂੰ ਦੀਵਾਲੀ ਆ ਜੇ ਮੈਂ ਨਾ ਆਉਂਦਾ ਤਾਂ ਇਹਨਾਂ ਦੇ ਦੀਵਾਲੀ 'ਤੇ ਮਾਂ ਨੂੰ ਮਿਲਣ ਮੁਲ ਕੁਝ ਨਹੀਂ ਹੋਣਾ ਦੀਵਾਲੀ 'ਤੇ ਲੋਕ ਜਿਨ੍ਹਾਂ ਦੇ ਨਹੀਂ ਨਾ ਮਾਂ ਪਿਓ ਹੁੰਦੇ ਬੱਚਿਆਂ ਦੇ ਮਾਂ ਪਿਓ ਨਹੀਂ ਹੁੰਦੇ ਜਾਂ ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ ਉਹਨੂੰ ਇੱਕ ਦੁਨਿਆਵੀ ਤੌਰ 'ਤੇ ਮਿਲ ਜਾਂਦੇ ਆ ਵੀ ਅਸੀਂ ਉਹਨਾਂ ਦੇ ਹੈਗੇ ਹਾਂ ਵੀ ਉਹਨਾਂ ਨੂੰ ਇਹ ਅਹਿਸਾਸ ਨਾ ਹੋਵੇ ਕਿ ਇਹਨਾਂ ਦਾ ਕੋਈ ਹੈਗਾ ਨਹੀਂ ਆ ਪਰ ਮੈਂ ਦਾਅਵੇ ਨਾਲ ਕਹਿੰਦਾ ਕਿ ਇਸ ਦੀਵਾਲੀ 'ਤੇ ਇਹਨਾਂ ਨੇ ਆਉਣਾ ਨਹੀਂ ਸੀਗਾ ਗੁਰਾ ਤੇਰੀ ਮਾਂ ਵਾ ਉਹਨੂੰ ਮਹਿਲਾ ਮਾੜਾ ਮੋਟਾ ਉਹਨੂੰ ਜਫੀ ਪਾਲਾ ਉਹਨੂੰ ਹੱਥ ਪੈਰੀ ਹੱਥ ਲਾਲਾ ਮੇਰਾ ਕਿਹੋ ਜਿਹੇ ਬੰਦੇ ਹੋ ਗਏ ਆਪਾਂ ਤੇਰੀ ਸੱਗੀ ਮਾਂ ਵਾ ਏ ਵੇਲੋ ਘਰੇ ਵੀ ਆਇਆ ਚੱਲ ਮੈਂ ਮੰਨਦਾ ਵਾ ਕਿ ਮਾਂ ਤੋਂ ਤੇਰੀ ਸਕੀ ਮਾਂ ਮੰਨ ਕੇ ਚੱਲ ਤੇਰੀ ਮਾਂ ਦਿਮਾਗੀ ਨਹੀਂ ਸਹੀ ਠੀਕ ਹੈ ਜੀ ਤੁਸੀਂ ਉਹਨੂੰ ਸੰਭਾਲ ਨਹੀਂ ਸਕਦੇ ਪਰ ਉਹਦਾ ਧਿਆਨ ਤੇ ਖਿਆਲ ਤੇ ਰੱਖ ਹੀ ਸਕਦੇ ਮੇਰੀ ਮਾਂ ਕਿੱਥੇ ਆ ਕੀ ਕਰਦੀ ਆ ਤਾਂ ਤੇਰੇ ਯਾਰ ਦੋਸਤ ਆ ਨਾ ਮੁੰਡਿਆਂ 'ਚ ਮੈਂ ਵੀ ਰਹਿੰਦਾ ਵਾਂ ਤੂੰ ਵੀ ਰਹਿੰਦਾ ਤੇਰੇ ਯਾਰ ਦੋਸਤ ਕੀ ਕਹਿੰਦੇ ਹੋਣਗੇ ਤੈਨੂੰ ਵੀ ਤੇਰੀ ਮੰਮੀ ਕਿੱਥੇ ਆ ਕਿ ਉਹਨਾਂ ਨੂੰ ਦੱਸਿਆ ਵੀ ਅਸੀਂ ਮੰਮੀ ਸਾਡੀ ਆਸ਼ਰਮਾਂ 'ਚ ਅਸੀਂ ਨਹੀਂ ਮਿਲਣ ਮੁੱਲ ਜਾਂਦੇ ਉਹ ਤਾਂ ਦਿਮਾਗੀ ਨਹੀਂ ਸਹੀ ਠੀਕ ਆ ਜੀ ਉਹਨੂੰ ਤੁਹਾਡੀ ਲੋੜ ਵਾ ਤੁਸੀਂ ਤਾਂ ਉਹਦੇ ਤੋਂ ਗੁਰਾ ਐਦਾਂ ਦਾ ਗੁਰਾ ਕੋਈ ਆਪਦੇ ਮਤਰੀ ਮਾਂ ਨਾਲ ਨਹੀਂ ਕਰਦਾ ਜਿੱਦਾਂ ਤੁਸੀਂ ਸਲੋਕਾਰ ਕੀਤਾ ਉਹਨਾਂ ਤੇਰਾ ਦਿਲ ਨਹੀਂ ਕਰਦਾ ਕਿ ਕਦੀ ਮੈਂ ਫੋਨ ਲਾ ਕੇ ਮਾਂ ਨੂੰ ਪੁੱਛਾਂ ਮੰਮੀ ਕੀ ਹਾਲ ਆ ਕੀ ਕਰਦੀ ਆ
ਕੀ ਨਾਮ ਆ ਤਾ ਇਹਦਾ ਅਮਨ ਅਮਨ ਹੀ ਆ ਨਾ ਕਾਕਾ ਨਿੱਕਾ ਤਿੰਨ ਨੰਬਰ ਇੱਕ ਵਟਾ ਬੁੱਤੋ ਇੱਕ ਪੁਆ ਕੋ ਨਾਲੇ ਤੇ ਨਾ ਤੇ ਸੋਤੇ ਰਾਵੀ ਜੀ ਦੁਬਾਰੇ ਜੀ ਤੇ ਮੋਰਾ ਪ੍ਰਵੀਰ ਆਸ ਹੈ ਜਿਹੜਾ ਲੋਕਾਂ ਦੇ ਬੱਚਿਆਂ ਦੇ ਵਿਆਹ ਹੋ ਜਾਂਦੇ ਆ ਉਹਨਾਂ ਦੇ ਘਰੋਂ ਇਹ ਘਰਦੀਆਂ ਉਹਨਾਂ ਦੀਆਂ ਇਤਰਾਜ਼ ਕਰਨ ਲੱਗ ਪੈਂਦੀਆਂ ਵਾ ਕਿ ਤੇਰੀ ਮਾਂ ਇੱਦਾਂ ਦੀ ਨਹੀਂ ਆ ਇੱਦਾਂ ਦੀ ਆ ਅਤੇ ਤੁਹਾਡੇ ਤੇ ਹਜੇ ਵਿਆਹ ਵੀ ਨਹੀਂ ਹੋਏ ਗੁਰੂ ਅਤੇ ਜੇ ਵਿਆਹ ਹੋਏ ਹੁੰਦੇ ਤਾਂ ਫਿਰ ਕੀ ਆ ਬਣਦਾ ਪਤਾ ਇਹ ਨਹੀਂ ਪਤਾ ਹੁੰਦਾ ਕਿ ਆਪਣੇ 'ਤੇ ਸਮਾਂ ਕਿੱਦਾਂ ਦਾ ਆ ਜਾਣਾ ਵਾ ਹੈ ਨਾ ਮੇਰੇ 'ਤੇ ਕਿੱਦਾਂ ਦਾ ਆ ਜਾਣਾ ਵਾ ਮੈਨੂੰ ਮੇਰਾ ਨਹੀਂ ਪਤਾ ਤੈਨੂੰ ਤੇਰਾ ਨਹੀਂ ਪਤਾ ਪਰ ਰੱਬ ਨਾ ਕਰੇ ਇਹੋ ਜਿਹੇ ਆਪਣੇ ਹਾਲਾਤ ਹੋ ਜਾਣ ਅਤੇ ਆਪਣੇ ਨਾਲ ਕੋਈ ਇੱਦਾਂ ਆਪਾਂ ਨੂੰ ਪਿਆਰ ਕਰਨ ਦੀ ਬਜਾਏ ਆਪਾਂ ਨੂੰ ਸਾਂਭਣ ਦੀ ਬਜਾਏ ਆਪਾਂ ਨੂੰ ਕੋਈ ਘਰੋਂ ਧੱਕੇ ਮਾਰੇ ਜਾਂ ਆਪਾਂ ਨੂੰ ਕੋਈ ਪਿੱਛੇ ਨਾ ਦੁੱਖ ਲੱਗੂਗਾ ਨਾ ਹੁਣ ਤੈਨੂੰ ਤੇਰਾ ਬਾਪੂ ਆਖੇ ਮੈਂ ਨਹੀਂ ਤੈਨੂੰ ਘਰੇ ਵਾੜਨਾ ਜਿੱਥੇ ਮਰਜ਼ੀ ਰਹਿ ਲੱਗੂ ਦੁੱਖ ਕਿ ਨਹੀਂ ਬੰਦੇ ਦੀ ਇੱਜ਼ਤ ਆ ਅਤੇ ਸਭ ਕੁਝ ਆ ਅੱਜ ਕੱਲ੍ਹ ਕਲਯੁੱਗ ਆ ਕੋਈ ਕਿਸੇ ਦਾ ਨਹੀਂ ਬਣਦਾ ਕੋਈ ਕਿਸੇ ਦਾ ਸਕਾ ਨਹੀਂ ਹੈਗਾ ਕੋਈ ਧੀ ਭੈਣ ਨਹੀਂ ਕੋਈ ਅੱਜ ਕੱਲ੍ਹ ਵਹਿੰਦਾ ਠੀਕ ਹੈ ਜੀ ਰੱਬ ਨਾ ਕਰੇ ਮਾਂ ਨਾ ਕੋਈ ਇਹੋ ਜਿਹੀ ਕੋਈ ਗੱਲਬਾਤ ਹੋਈ ਹੁੰਦੀ ਤਾਂ ਫਿਰ ਆਪਣੀਆਂ ਕਾਹਦੀਆਂ ਸਰਦਾਰੀਆਂ ਲੈ ਜਾ ਮੈਂ ਮਾਂ ਨੂੰ ਨਾਲ ਹੈ ਇੱਥੇ ਨਹੀਂ ਰਹਿੰਦੇ ਮੇਰੇ ਕੋਲ ਰਹਿ ਪੈਂਦੇ ਆ ਤੂੰ ਨਹੀਂ ਸੰਭਾਲੇਗਾ ਮੈਂ ਸੰਭਾਲ ਲੂੰਗਾ ਮੈਂ ਮੰਨਦਾ ਤੈਨਾਂ ਸੰਭਾਲਦੇ ਰਹਿ ਜੇ ਤੁਸੀਂ ਠੀਕ ਆ ਪਰ ਇਹੋ ਜਿਹੀ ਕੀ ਮੁਸੀਬਤ ਆਈ ਸੀਗੀ ਤੁਹਾਨੂੰ ਇੱਥੇ ਤਾਂ ਤੁਹਾਡੀ ਮੈਂ ਮੰਨ ਲਿਆ ਮਜਬੂਰੀ ਆ ਵੀ ਤੁਹਾਡਾ ਘਰ ਨਹੀਂ ਸਹੀ ਮਾਂ ਘਰੋਂ ਚੱਲ ਜਾਂਦੀ ਆ ਤੁਸੀਂ ਮਤਲਬ ਤੁਸੀਂ ਵੀ ਕੰਮ ਰੋਟੀ ਕਰਕੇ ਖਾਣੀ ਆ ਹੈ ਨਾ ਪਰ ਇਹ ਕਿਹੜੀ ਮਜਬੂਰੀ ਸੀ ਕਿ ਤੁਸੀਂ ਫੋਨ ਲਾ ਕੇ ਪਤਾ ਤੱਕ ਨਹੀਂ ਲਿਆ 3 ਮਹੀਨੇ ਹੋ ਗਏ ਆ ਤੁਹਾਡੇ ਘਰ ਪਤਾ ਲੱਗ ਗਿਆ ਸੀ ਨਾ ਮਾਂ ਕਿੱਥੇ ਆ ਵੀਰ ਦੱਸਣ ਆਏ ਸੀ ਨਾ ਫਿਰ ਵੀ ਤੁਸੀਂ 3 ਮਹੀਨੇ ਹੋ ਗਏ ਆ ਕਦੀ ਫੋਨ ਨਹੀਂ ਲਾਇਆ ਵੀਰ ਨੇ ਜਿਹੜੀ ਗੱਲ ਕਰਾਤੀ ਉਸ ਤੋਂ ਬਾਅਦ ਤੁਸੀਂ ਕਦੀ ਫੋਨ ਨਹੀਂ ਲੈ ਕੇ ਮੇਰੀ ਮੰਮੀ ਕੀ ਕਰਨ ਡਈ ਆ ਕੀ ਹਾਲ ਆ ਉਹਦਾ ਮਾਤਾ ਦੀ ਦਵਾਈ ਚਲਾਈ ਅਸੀਂ ਠੀਕ ਹੈ ਜੀ ਮੈਂਟਲੀ ਹੋਸਪਿਟਲ ਤੋਂ ਅੱਗੇ ਨੂੰ ਫਰਕ ਵੀ ਬਹੁਤ ਆ ਮੈਨੂੰ ਸਿਰਫ ਇਸੇ ਚੀਜ਼ ਦਾ ਇਹਨਾਂ ਤੋਂ ਜਵਾਬ ਨਹੀਂ ਮਿਲਿਆ ਕਿ ਯਾਰ ਵੀ ਤੁਸੀਂ ਫੋਨ ਲਾ ਯਾਰ ਤੁਸੀਂ ਇਹਨਾਂ ਨੂੰ ਮਰੀ ਛੱਡਤਾ ਹੈ ਜਿਹਨੇ ਜੀਵ ਛੱਡਤਾ ਵੀ ਸਾਡੀ ਮਾਂ ਮਰ ਗਈ ਆ ਉਹ ਤਾਂ ਗੱਲ ਆ ਰੱਬ ਨਾ ਕਰੇ ਇਹਨੂੰ ਕੋਈ ਗੁੱਜਰ ਫੜ ਲੈਂਦੇ ਕੋਈ ਉਹੋ ਜਿਹਾ ਬੰਦਾ ਫੜ ਲੈਂਦਾ ਮਾੜੀ ਸੋਚ ਵਾਲਾ ਮਾੜੀ ਨੀਤ ਵਾਲਾ ਫੜ ਲੈਂਦਾ ਕਿ ਤਾਂ ਕੀ ਭਾਅ ਤੁਲਣੀ ਸੀ ਮਾਂ ਦੀ ਮੇਰੇ ਕੋਲ ਇਵੇਂ ਦੇ ਬਹੁਤ ਕੇਸ ਹੁੰਦੇ ਆ ਮੈਂ ਲੈ ਜਾਂਦਾ ਵਾ ਮਾਂ ਨੂੰ ਕੋਲ ਮਿਲ ਕੇ ਲਾ ਜੋਗੇ ਕਿ ਨਹੀਂ ਤੁਸੀਂ ਉੱਥੇ ਆਏ ਹੁੰਦੇ ਤੇ ਮੈਨੂੰ ਲੋੜ ਨਹੀਂ ਸੀ ਤੁਹਾਡੇ ਪਿੰਡ ਆਣ ਕੇ ਆਹ ਗੱਲਾਂ ਕਰਨ ਦੀ ਮੈਨੂੰ ਵੀਰ ਨੇ ਮੈਨੂੰ ਕੱਲ੍ਹ ਮੈਨੂੰ ਧਿਆਨ ਆਇਆ ਉਹ ਵੀ ਕਿਉਂਕਿ ਸਾਡੇ ਨਾਲ ਕੇਸ ਹੋਇਆ ਇੱਕ ਹੁਣੇ ਸ਼ਾਇਦ ਤੁਸੀਂ ਵੀਡੀਓ ਵੇਖੀ ਵੀ ਵੀਰ ਨੇ ਫਿਰ ਤੁਸੀਂ ਵੇਖੀ ਠੀਕ ਹੈ ਜੀ ਕੇਸ ਹੋਇਆ ਵੀ ਉਸ ਉਲਟਾ ਸਾਨੂੰ ਬੋਲਣ ਲੱਗ ਪਏ ਤੁਸੀਂ ਸਾਡਾ ਬੰਦਾ ਮਾਰਤਾ ਆਪਦੇ ਕੋਲ ਖੜ ਕੇ ਮੈਂ ਕਿਹਾ ਇਹ ਵੀ ਨਾ ਹੁਣ ਨਹੀਂ ਤਾਂ ਮੈਨੂੰ ਜੇ ਲੋੜ ਹੁੰਦੀ ਨਾ ਵੀ ਮੈਂ ਜਾ ਕੇ ਤਾਂ ਉੱਥੇ ਜਾ ਕੇ ਤਾਂ ਇਹਨਾਂ ਦੀ ਬੇਨਤੀ ਕਰਕੇ ਮੈਂ ਵਿਊ ਲਵਾਂ 3 ਮਹੀਨੇ ਮੈਂ ਵੇਟ ਕਰ ਦੇਣਾ 3 ਮਹੀਨੇ ਅਤੇ 8 ਕਿਲੋਮੀਟਰ ਦੂਰ ਆ ਸਾਰਾ 8-10 ਕਿਲੋਮੀਟਰ ਉੱਥੋਂ ਮਰਾਣਾ ਹੁਣ ਆਪਾਂ ਮੋਨ ਲਿਖ ਲਈਏ ਫਿਰ ਛੋਟਾ ਜਿਹਾ ਠੀਕ ਹੈ ਜੀ ਜੀ ਤੁਹਾਡਾ ਕੀ ਵਿਚਾਰ ਹੈ ਤੁਸੀਂ ਕਿੱਦਾਂ ਰਹਿਣਾ ਇੱਥੇ ਕਿ ਵੀਰ ਕੋਲ ਰਹਿਣਾ ਮੈਂ ਵੀਰ ਕੋਲ ਰਹਿਣਾ ਮੈਂ ਕੀ ਲੱਗਦਾ ਮਾਤਾ ਤੇਰਾ ਭਰਾ ਹੈ ਹੋਰ ਪਤਾ ਕਿੰਨਾ ਪਿਆਰ ਕਰਦੇ ਜਦੋਂ ਮੈਂ ਜਾਣਾ ਮੈਨੂੰ ਜੱਫੀ ਪਾ ਕੇ ਮਿਲਦੀਆਂ ਇਹ ਠੀਕ ਹੈ ਜੀ ਅਤੇ ਇੰਨਾ ਪਿਆਰ ਦਿੰਦੀਆਂ ਇੰਨੀਆਂ ਸੀਸਾਂ ਦਿੰਦੀਆਂ ਇਹ
सारा कले कले मुंडिया का ना दस दी मैनू अपना ही हूँ फटो इलेक्ट्रिकल मैं भाई जी लै चलिया वा माता जी मैं लै चलिया माता ठीक है जी मेरे को माता जीवे मेरे को माता मर पे कल ये मैनू उंगल नहीं करे ठीक है जी अगे नहीं पता प्रेस नहीं पहले है यार पहन तो पैन है कह लो कहो जी दुनिया हो गई है प्लस टू च पढ़ता जवान जाना है ना ताक होई ताक भी कहे ने नहीं तिना च एक जाने ने भी नहीं फोन किया यार नो नीड होंगी माता दिन आगे मरला जमीन तो इन्होंने मगर मगर फिरना ही माता ने है अभी इतने आ गए कोई नहीं सामभदा 150 किले वाले भी नहीं सामभिया मेरे तो आए कल परसों का केस आ 150 किला उन्हें भी नहीं सामभिया इधर 150 मरला भी पता नहीं है कि नहीं है तो इन्होंने भी नहीं सामभिया लोग कह देंगे घर की गरीबी आ इतने घर की गरीबी मैटर नहीं करती वीरे इतने जमीर मैटर कर दें जिन्हें खवाना मांग के भी खवा देता बीबी रजनी का पता सी ना कहानी सुनी ना उन्हें अपने पति मांग के भी खवाया गल है जमीर की तो हम 150 किले वाले ही उन्होंने की घाट ही वो तो वो बंदे भावे मान के जो प्यो सगा अटेंडेंट रख सकते उन्होंने सामने वास्ते दो तीन बंदे रख सकते आप जो मझा तो दुध लैना होंगे तो मझा आप पाल देना बंदे रख देना नहाने धोने हाँ बस गल दिल्ली प्यार की आ इतने तुम कहें ना भी इन्हों की कंधा नहीं है ये चीज़ा मैटर नहीं जो कर दें आप पढ़ लो एक करी ठीक है जी श्री मान जी बेनती है कि मैं धर्म सिंह सानो गुरनाम सिंह वासी पिंड फेलो की जिला तरन तारण का वासी हाँ बेनती है कि मेरी धर्म पत्नी राजबीर कौर जो कि दिमागी हालत तो सही नहीं है असी इस दी सांभ संभाल तो असमर्थ हाँ असी उपर दसी संस्था को बेनती करते हैं कि मेरी धर्मपति को सांभ संभाल संभाल घर च रख के उसकी देख रेख की जाए जेकर सांभ संभाल दौरान मेरी पत्नी को कुछ भी हो जाता है तो इस तो असी किसी भी तरह की कानूनी कार्रवाई करने के हकदार नहीं होवांगे ठीक है जी इतने इन्हों के बेटे के साइन इतने इन्हों के साइन ठीक है जी एक तो एक मेरे बस बहुत इतने अपने कूठा लाना लैटर पेड गड्डी साइड तो होनी है लैटर पैड ना दूजी इंक पैड होनी हेलो कर दी इतना थे ਤੁਹਾਡਾ ਨੰਬਰ ਹੈਗਾ ਕੋਈ ਨੰਬਰ ਹੈਗਾ ਕੋਈ ਤੁਹਾਡੇ ਉਹਨਾਂ ਦੇ ਬੇਟੇ ਨੂੰ ਆਵਾਜ਼ ਮਾਰੋ ਉਹ ਸਾਈਨ ਕਰਦੇ ਆਪਣੇ ਮਾਤਾ ਨੂੰ ਵੀ ਨਹੀਂ ਕੋਈ ਹਿਰਕਾ ਗਾ ਇਹਨਾਂ ਨਾਲ 8548 ਨੰਬਰ ਇਹਨਾਂ ਕੋਲ 8548 ਹਾਂਜੀ ਕੰਨਵੇਂ ਸੰਗ ਜੀ ਇਹ ਅਸੀਂ ਨਾ ਇਹਨਾਂ ਦੀ ਵੀਡੀਓ ਲੈਣ ਹੀ ਨਹੀਂ ਸੀਗੀ पर साडे नाल चार पाँच दिन पहले एक वाकया होया भी असी पटियाले तो एक बजुर्ग नूं लैके आंदा सीगा जिहड़ा कैथल हरियाणे तो सीगे वह साडे कोल आण के अचनचेत उन्हां दी मौत हो गई तो परिवार वाले सानू फोन लाउण लग पे पोलीटिकल दबाव पाउण लग पे भी तुसीं साडा बंदा मारता ठीक है जी बहुत साडे कोल मतलब सानू ताने मीने उन्हां दे सुनने पए जेकर साडे कोल उन्हां दे प्रूफ ना हुंदे भी जिद्दां ही लैके आंदा किहड़े हालातां 'च लैके आंदा वा जेकर झूठ मतलब किसी प्रकार 'च असीं अणगिली कर जाते प्रूफां दे विच ते सानू उन्होंने लै बैना सीगा सो इस करके असं अज इन्हां माता जी नूं अपने कोल लैके आए हैं ये माता जी मेरे कोल 3 महीने पहला सी मेरे कोल
ठीक है जी। परिवार को हालांकि मैं दस्या भी सीगा कि माता साढ़े कोल वा, दस्या मैं कैथल वाले परिवार को भी सीगा, पर जिंदे जी कोई आया नहीं तो मरे तो सारा टब्बर चढ़ के आ गया। तो मैनू यह सीगा कि कल मेरे नाल फिर दोबारा एहो जी हरकत ना होवे कि परिवार वाले नू मैनू जवाब देने पैण। अज मैं परिवार को लैके आया वा, बाकी तुसीं वीडियो सारा देख ही लिया कि परिवार ने जवाब दिता भी अं संभाल नहीं सकते। हुण रब ना करे मेरे को माँ माँ मेरी जीवे, मेरे को माँ मेरे नू कुछ हो जाए, इहदा परिवार वाले मेरे ते कोई भी उंगल नहीं चुकणगे। बाकी माँ मेरी दी रब वड्डियां वड्डियां उमरां करे, ठीक है जी। सानू प्रसादे तुहानू ते पता नहीं तिना जणे नू पका के दिंदी कि नहीं दिंदी, सानू सारे 50 जणे नू प्रसादे पका के दिंदी नाल भैणां दे रल के। आ करे वीर किथे वीर आप तो साइन कर दे, पढ़ ला पहला जी पढ़ना है। माता जे चलेगी तुहानू कहदा डर वा, तुसीं कहदा मगर पैरवाई करनी है, डर ओहनू हुंदा वी चले ना जावे, तुहानू कहदा डर वा। मनदीप सिंह बेटा कर ला ते माता जी मानदा वा लियोनी नहीं है बच्चा अपना बारा छोटा है सेट होए तुसीं तुहाडा विआह है किदा ਵਿਆਹ ਆ ਠੀਕ ਹੈ ਜੀ ਅੱਛਾ ਇਹ ਤੁਸੀਂ ਘਰ ਵਾਲੇ ਇਹਨਾਂ ਦੀ ਭੈਣ ਵਾ ਹਨਾ ਇੱਥੇ ਰਹਿੰਦੇ ਵੀ ਠੀਕ ਹੈ ਜੀ ਮੈਂ ਮੰਨਦਾ ਭੈਣ ਮੇਰੀ ਇਹ ਮੰਨਦਾ ਵਾਂ ਪਰ ਇਹਦੀ ਜਗ੍ਹਾ ਤੁਸੀਂ ਹੋਵੋ ਤਾਂ ਫਿਰ ਮੰਨਦਾ ਵਾ ਤੁਸੀਂ 50 ਵਾਰੀ ਲਿਆਂਦਾ ਵਾ ਭਾਵੇਂ 100 ਵਾਰੀ ਲਿਆਂਦਾ ਵਾ ਪਰ ਤੁਸੀਂ ਇਹਨੂੰ ਆਪਣੇ ਵੱਲੋਂ ਮਰਿਆ ਛੱਡਿਆ ਇਹਨੂੰ ਮਰਿਆ ਛੱਡਿਆ ਉਹ ਤੇ ਦਿਮਾਗੀ ਨਹੀਂ ਸਹੀ ਮੈਨੂੰ ਲੱਗਦਾ ਆ ਉਹਦੇ ਨਾਲੋਂ ਨਾ ਜ਼ਿਆਦਾ ਆਪਾਂ ਨੂੰ ਮਿਲਦਾ ਪ੍ਰੋਬਲਮ ਆਉਂਦੀ ਹੈ ਦਿਮਾਗ ਦੀ ਮਾਤਾ ਬਦਨਾਮੀ ਆਈ ਆ 3 ਮਹੀਨੇ ਹੋ ਗਏ ਮੇਰੇ ਕੋਲ ਤੁਸੀਂ ਤੁਹਾਡਾ ਫਰਜ਼ ਨਹੀਂ ਬਣਦਾ ਵਿਆਹ ਕੇ ਲਿਆਂਦੀ ਆ ਉਦਾਂ ਕੱਢ ਕੇ ਨਹੀਂ ਲਿਆਂਦੀ ਵਿਆਹ ਕੇ ਲਿਆਂਦੀ ਤੁਹਾਡਾ ਫਰਜ਼ ਨਹੀਂ ਬਣਦਾ ਫੋਨ ਲਾ ਕੇ ਦੱਸਣ ਦਾ ਹੁਣ ਕੱਲ੍ਹ ਨੂੰ ਤੁਹਾਡੀ ਮਾਂ ਬਿਮਾਰ ਹੋ ਜੂਗੀ ਮੇਰੀ ਗੱਲ ਸੁਣੋ ਕੱਲ੍ਹ ਨੂੰ ਤੁਹਾਡੀ ਮਾਂ ਬਿਮਾਰ ਹੋ ਜੂਗੀ ਠੀਕ ਹੈ ਜੀ ਕੀ ਤੁਸੀਂ ਇਹਨੂੰ ਨਾ ਸਾਂਭੋਗੇ ਦੱਸੋ ਕਿੱਥੇ ਖੇ ਸਵਾ ਸਾਂਭਦੇ ਇੱਕ ਤੇ ਫੋਨ ਨਹੀਂ ਲਾਇਆ ਤੁਸੀਂ ਆਪਾਂ ਇਹਨਾਂ ਨੂੰ ਇਹ ਗੱਲ ਕਿਉਂ ਨਾ ਪੁੱਛੀਏ ਹਾਂਜੀ ਇਹ ਤੇ ਦਿਮਾਗੀ ਡਿਸਟਰਬ ਆ ਇਹਦਾ ਇਹਨੂੰ ਮੈਂ ਕੀ ਤੁਸੀਂ ਭੈਣ ਜੀ ਇਹ ਦੱਸੋ ਵੀ ਤੁਹਾਨੂੰ ਉਹ ਤਾਂ ਨਹੀਂ ਪਰੇਸ਼ਾਨ ਕਰਦੇ ਇੱਥੇ ਰਹਿਣ ਦੇ ਵਿੱਚ ਨਹੀਂ ਉਹ ਤੁਹਾਨੂੰ ਪਰੇਸ਼ਾਨ ਤਾਂ ਨਹੀਂ ਕਰਦੇ ਇਸ ਕਰਕੇ ਜੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਜੇ ਹੁੰਦੀ ਹੈ ਦਿਮਾਗੀ ਸਹੀ ਪੂਰੀ ਦਿਮਾਗੀ ਸਹੀ ਹੁੰਦੀ ਘਰ ਵੱਲੋਂ ਇਹਨਾਂ ਨੂੰ ਮਿਲਦੀਆਂ ਪਰੇਸ਼ਾਨੀਆਂ ਇਹ ਕਈ ਕਿਸੇ ਵੀ ਬਿਰਧ ਆਸ਼ਰਮ 'ਚ ਜਾ ਸਕਦੇ ਸੀ ਕਿਸੇ ਆਪਣੇ ਗੁਰੂ ਘਰ ਰਹਿ ਕੇ ਪ੍ਰਸ਼ਾਦਾ ਪਾਣੀ ਛਕ ਸਕਦੇ ਸੀਗੇ ਅਤੇ ਇਹ ਦਿਮਾਗੀ ਅਪਸੈਟ ਸੀ ਅਤੇ ਤਾਂ ਦੀ ਸੜਕਾਂ 'ਤੇ ਰਾਤਾਂ ਕੱਟਣ ਡੀ ਵਿਚਾਰੀ ਅੰਮ੍ਰਿਤਸਰ ਫਿਰਨ ਡੀ ਕਿਹਦਾ ਜੀ ਕਰਦਾ ਘਰ ਛੱਡ ਆਪਣੇ ਪੇਕਿਆਂ 'ਚ ਰਹਿ ਕੇ ਖਾ ਸਕਦੀ ਸੀਗੀ ਕਿਤੇ ਸਾਈਡ 'ਤੇ ਮੰਨ ਕੇ ਚਲੋ ਕਿਤੇ ਵੀ ਰਹਿ ਕੇ ਖਾ ਸਕਦੀ ਸੀ ਗੁਰੂ ਘਰ ਬਿਆਸਾ ਰਹਿ ਸਕਦੀ ਸੀ ਗੋਂਦਵਾਲ ਸਾਹਿਬ ਰਹਿ ਸਕਦੀ ਕਿਤੇ ਗੁਰੂ ਘਰ ਰਹਿ ਕੇ ਪ੍ਰਸ਼ਾਦਾ ਪਾਣੀ ਛਕ ਸਕਦੀ ਸੀ ਇਹਦਾ ਇਹ ਤਾਂ ਦਿਮਾਗੀ ਅਪਸੈਟ ਵਾ ਪਰ ਇਹਦੇ ਨਾਲੋਂ ਆਪਾਂ ਜ਼ਿਆਦਾ ਦਿਮਾਗੀ ਅਪਸੈਟ ਹਾਂ ਚਲੋ ਕੋਈ ਗੱਲ ਨਹੀਂ ਪਰ ਮੈਂ ਆਪਣੇ ਕੋਲ ਇਹਨਾਂ ਨੂੰ ਲੈ ਚੱਲਿਆ ਕਿਉਂਕਿ ਨਹੀਂ ਸੰਭਾਲ ਸਕਦਾ ਮੈਨੂੰ ਦੁੱਖ ਇਹ ਸੀਗਾ ਕਿ ਤੁਸੀਂ ਇਹਦਾ ਪਤਾ ਤੱਕ ਨਹੀਂ ਲਿਆ ਇਹਨੂੰ ਮਰੀ ਇਹ ਤਾਂ ਬਿਮਾਰ ਸੀ ਤੁਸੀਂ ਮੈਂ ਮੈਨੂੰ ਇਹ ਪਤਾ ਵਾ ਕਿ ਤੁਸੀਂ ਨਹੀਂ ਸੰਭਾਲ ਸਕਦੇ ਪਰ ਦੁੱਖ ਇਸ ਚੀਜ਼ ਦਾ ਕਿ ਤੁਸੀਂ ਇਹਦਾ ਪਤਾ ਹੀ ਨਹੀਂ ਲਿਆ ਇਹਦਾ ਹਾਂ ਇਲਾਜ ਜਿਹੜਾ ਹੁੰਦਾ ਵਾ ਹਸਪਤਾਲਾਂ 'ਚ ਰਹਿ ਕੇ ਹੁੰਦਾ ਵਾ ਠੀਕ ਹੈ ਜੀ ਪਰ ਆਪਾਂ ਹਸਪਤਾਲ 'ਚ ਛੱਡ ਕੇ ਤੇ ਆਪਾਂ ਘਰ ਵਾਪਸ ਆ ਜਾਈਏ ਪਤਾ ਨਾ ਲਈਏ ਡਾਕਟਰਾਂ ਨੇ ਥੋੜ੍ਹੀ ਉਹਨੂੰ ਕਰਨਾ ਬਾਕੀ ਹਾਂ ਮੇਰਾ ਇਹ ਇਹਨਾਂ ਨਾਲ ਸਿਕਵਾ ਸੀਗਾ ਵੀ ਤੁਸੀਂ ਚਲੋ ਆਸ਼ਰਮ 'ਚ ਆ ਗਈ ਆ ਮੇਰੇ ਕੋਲ ਆ ਗਈ ਆ ਇਹ ਆਸ਼ਰਮ ਵਾਸਤੇ ਹੀ ਮਾਤਾ ਮਤਲਬ ਕਿ ਇਸ ਟਾਈਮ ਇਹਦੀ ਕੰਡੀਸ਼ਨ ਆ ਵੀ ਆਸ਼ਰਮਾਂ 'ਚ ਹੀ ਰਹਿ ਸਕਦੀ ਘਰੇ ਨਹੀਂ ਰਹਿ ਸਕਦੀ ਪਰ ਸਿਕਵਾ ਇਹ ਸੀਗਾ ਵੀ ਇਹਨਾਂ ਨੇ ਮਗਰ ਪਤਾ ਹੀ ਨਹੀਂ ਲਿਆ ਬਾਕੀ ਤੁਹਾਡੀ ਮਰਜ਼ੀ ਆ ਜੇ ਰੱਖਣਾ ਤਾਂ ਕੋਈ ਗੱਲ ਨਹੀਂ ਆ ਠੀਕ ਹੈ ਜੀ ਜੇ ਰੱਖਣਾ ਤੁਸੀਂ ਰੱਖ ਲਓ ਕੋਈ ਗੱਲ ਨਹੀਂ ਆ ਜੇ ਸੰਭਾਲ ਸਕਦੇ ਜੀ ਠੀਕ ਹੈ ਰੱਖ ਲਓ ਪਰ ਕੱਲ੍ਹ ਨੂੰ ਇਹ ਨਾ ਹੋਵੇ ਅੱਜ ਮੈਂ ਲੈ ਜਾ ਕੱਲ੍ਹ ਨੂੰ ਘਰੋਂ ਨਿਕਲ ਜਾਓ ਆਪਣਾ ਸਾਰਾ ਲੰਮਾ ਤੁਸੀਂ ਉਮਰ ਹੰਡਾਈ ਇਹਦੇ ਨਾਲ ਸਮਾਂ ਕੱਢਿਆ ਹਾਂਜੀ
ਰੱਖਣ ਨੂੰ ਮੈਂ ਰੱਖ ਵੀ ਲੈਂਦੀ ਹਾਂ, ਪਰ ਮੈਂ ਇਹੋ ਜਾਣਦੀ ਤੁਹਾਡੇ ਘਰ ਮੇਰੀ ਇਹੋ ਬੇਨਤੀ ਆ, ਇਹ ਰਾਤ ਹੀ ਚਲੀ ਗਈ ਕਿਸੇ ਪਾਸੇ ਮੈਂ ਆਉਗੀ ਮਿਲਾਉਗੀ ਨਹੀਂ ਦੇਖੋ ਜੀ ਤੁਹਾਡੇ ਘਰ ਇਹ ਬੇਨਤੀ ਆ, ਬੱਚੇ ਇਹਦੇ ਆਣ ਕੇ ਪਤਾ ਲੈਣ ਦੇ ਕੰਨ ਤੇ ਮੈਂ ਇਹਨੂੰ ਰੱਖ ਦਿਆਂ। ਬਹੁਤ ਹੀ ਨਹੀਂ ਗੱਲ ਮੇਰਾ ਵੀਰ, ਮੈਂ ਨੰਬਰ ਤੈਨੂੰ ਆਪਣਾ ਦੇ ਦੇਣਾ, ਠੀਕ ਆ? ਹਾਂ ਨੰਬਰ ਮੈਂ ਤੁਹਾਨੂੰ ਦੇ ਦੇਣਾ, ਫੋਨ ਲਾ ਕੇ ਮਾਂ ਦਾ ਹਾਲ ਚਾਲ ਪੁੱਛ ਲਿਆ ਕਰੋ, ਆਹ ਫੜ ਲਾ ਤੇ ਫੋਨ ਲਾ ਕੇ ਹਾਲ ਚਾਲ ਪੁੱਛ ਲਿਆ ਕਰੋ, ਬਾਈ ਚਾਂਸ ਮੈਂ ਫੋਨ ਨਹੀਂ ਚੁੱਕਦਾ, ਠੀਕ ਹੈ ਜੀ? ਅਤੇ ਮੈਂ ਮੈਨੂੰ ਵਟਸਐਪ 'ਤੇ ਮੈਸੇਜ ਕਰ ਦਿਓ ਕਿ ਵੀਰੇ ਮੈਂ ਗੱਲ ਕਰ ਗਿਆ, ਏਅਰਫੋਨ ਜ਼ਿਆਦਾ ਆਉਂਦੇ ਆ। ਹਾਂ ਕਿਤੇ ਗੁਰਾ ਮਰਾਣਾ ਕਿਤੇ ਕਿੰਨਾ ਕੁ ਦੂਰ ਆ, ਕਿਤੇ ਮਾੜਾ ਜਿਹਾ ਹੁੰਦਾ ਮਾਂ ਦੀ ਜਗ੍ਹਾ ਤੂੰ ਬਿਮਾਰ ਅਤੇ ਤੇਰੀ ਮਾਂ ਤੇਰੇ ਸਮਝ ਸਾਹ ਨਾਲ ਲੈਂਦੀ ਤਾਂ ਦਿੰਦਾ। ਮੈਂ ਬਿਮਾਰ ਬਹੁਤ ਰਿਹਾ ਵੀਰ ਨੂੰ ਪਤਾ ਵਾ, ਮੇਰੀ ਮਾਂ ਨੇ ਨੌਕਰੀ ਤੱਕ ਆਪਦੀ ਛੱਡ ਦਿੱਤੀ ਸੀਗੀ, ਠੀਕ ਹੈ ਜੀ? ਚੱਲੀ ਆਪਾਂ, ਚੰਗਾ ਮੇਰਾ ਵੀਰ। ਕੋਈ ਤੰਗ ਨਹੀਂ ਕਰਦੀ ਉੱਥੇ, ਮੈਂ ਵੀ ਆਖਾਂ ਸਾਡੀ ਚਾਰ ਦੀਵਾਰੀ ਬਹੁਤ ਵੱਡੀ ਵੱਡੀ ਆ, ਠੀਕ ਹੈ ਜੀ? ਉਹ ਲੋਕ ਰਹਿੰਦਾ ਵਾ, ਡਰ ਮੇਨ ਇਹਦਾ ਆਸੇ ਪਾਸੇ ਜਾਂਦਾ, ਉਹ ਚਾਰ ਦਰਦਾ ਕਰਕੇ ਉੱਥੇ ਜਾ ਨਹੀਂ ਸਕਦੀ ਹੈ। ਬਾਕੀ ਕੋਈ ਤੰਗ ਨਹੀਂ ਕਰਦੀ, ਮਾੜਾ ਮੋਟਾ ਬੋਲਦੀ ਰਹਿੰਦੀ ਆਪਦੇ, ਰਾਤ ਨੂੰ 2-2 ਵਜੇ ਭਾਂਡੇ ਮਾਂਜਦੀ ਰਹਿੰਦੀ ਆ। ਕਦੀ ਇਹਨੇ ਆਸ਼ਰਮ ਦੇ 50 ਜਣੇ ਦੇ ਭਾਂਡੇ ਆ, ਇਹਨੂੰ ਪੁੱਛ ਲਾ ਕਦੀ ਇਹਨੂੰ ਮੈਂ ਮਾਤਾ ਨੂੰ ਕਿਹਾ ਮਾਤਾ ਭਾਂਡੇ ਮਾਂਜ, ਇਹਨੂੰ ਮੈਂ ਕਹੂੰ ਮਾਤਾ 2 ਵੱਜ ਗਏ ਆ ਤੂੰ ਸੌਂ ਜਾ, ਤੂੰ ਤੂੰ ਕਾਹਤੋਂ ਲੱਗੀ ਨਹੀਂ ਭਾਂਡੇ ਬੜੇ ਪਏ ਮਾਂਜ ਨਾਲ ਇਹਨਾਂ ਦੇ ਵਿਚਾਰਿਆਂ ਦੇ, ਇੰਨਾ ਕੰਮ ਕਰਦੀ ਉੱਥੇ। ਮੇਰੀ ਗੱਲ ਸੁਣੋ, ਮੇਰੀ ਮੈਂ ਤੁਹਾਨੂੰ ਇੱਕ ਹਾਸੇ ਵਾਲੀ ਗੱਲ ਕਰ ਲਗਾ, ਗੁੱਸਾ ਨਾ ਕਰਿਓ, ਤੁਹਾਡਾ ਜੀ ਕਰਦਾ ਮੇਰੇ ਕੋਲ ਆਸ਼ਰਮ ਵਿੱਚ ਰਹਿਣ ਨੂੰ? ਮੇਰੀ ਗੱਲ ਸੁਣੋ, ਆਹ ਮੇਰਾ ਦੇ ਰਿਹਾ ਨਾ, ਹਾਂਜੀ, ਇਹਨੇ ਮੈਨੂੰ ਕਈ ਵਾਰ ਦੀ ਝੋਲੀ ਪਾਇਆ, ਮੰਨਦਾ ਇਹਦੇ ਨਾਲ ਰਹਿਣੀ ਆ, ਤੂੰ ਇਹਦੇ ਨਾਲ ਵਿਆਹ ਕਰਾ, ਵਿਆਹ ਤੇ ਕਿਰਨ ਦਾ ਕੁੜੀ ਦਾ ਕੀਤਾ ਆਂਦੀ ਆ, ਫੌਜੀ ਕੋਲ ਤੂੰ ਇਹਦੇ ਨਾਲ ਵਿਆਹ ਕਰਾਣਾ, ਤੂੰ ਇਹਦੇ ਕੋਲ ਬੋਲ ਰਹਾ ਤੇ ਮੈਂ ਨੂੰ ਛੱਡ ਦੇ ਤੇ ਇਹਦੇ ਕੋਲ ਆ ਜਾ, ਉਹ ਚਲੋ ਉਹਦਾ ਸੁਭਾਅ ਚਲਾਵਾ, ਕੋਈ ਨਾ ਕੋਈ ਨਾ, ਉਹ ਮਾਂ ਚਲੋ ਕੋਈ ਨਾ, ਕੋਈ ਗੱਲ ਨਹੀਂ, ਤੁਸੀਂ ਵਾਦੇ ਭਲੇ ਤੇ ਚੱਲਦੇ ਭਲੇ, ਫੌਜੀ ਮੁੰਡਾ ਇੱਥੇ ਕਾਰਨ ਸੀ ਬੰਦਾ ਸੀ ਇੱਥੇ ਫੌਜੀ ਮੁੰਡਾ ਸਾਡੀ ਉਹ ਜਦੋਂ ਆਈ ਵਾਦੇ ਨੇ ਜਾਂ ਸੀ ਸਾਲ ਮਾਰਦੀ ਹੈ ਤੇ ਉਹਨੂੰ ਆਈ ਕਾਹਦੇ ਨੇ ਨੰਬਰ ਆ ਲੈ ਲਓ, ਤੁਸੀਂ ਕਾਰਡ ਲੈ ਲਓ, ਹਾਂ ਕੀ ਨਾਂ ਕੀ ਆਪਣਾ? ਹਰਪਾਲ ਸਿੰਘ, ਠੀਕ ਠੀਕ ਹੈ, ਹਰਪਾਲ ਸਿੰਘ ਫੋਲੋ ਕਿਉਂ ਲਿਖਦੇ ਮੈਨੂੰ? ਨਹੀਂ ਬਹੁਤ ਧੰਨਵਾਦ, ਨਹੀਂ ਬਹੁਤ ਬਹੁਤ ਹਾਂ, ਨਹੀਂ ਧੰਨਵਾਦ, ਥੈਂਕ ਯੂ ਯਾਰ, ਮੈਂ ਉਹਦਾ ਕਰਕੇ ਵੀਰ ਜੀ ਨੇ ਮੈਨੂੰ ਫੋਨ ਲਾ ਕੇ ਕੱਲ੍ਹ ਜਿਹੜਾ ਕੱਲ੍ਹ ਇੱਧਰ ਵੀ ਰੱਟਾ ਪਾਈ ਫਿਰਨਾ, ਇਹ ਤੁਸੀਂ ਸੇਵਾ ਸੈਟ ਹੀ ਲੈ ਲਓ, ਮਾਰਿਓ ਭੈਣ ਨੂੰ ਆਏ, ਹਾਂਜੀ ਚੰਗਾ ਤਾਂ ਸਾਡੇ ਕੋਲ ਆਉਣਾ ਨੀ ਨਾ, ਚੰਗਾ ਨੀ ਆਉਣਾ, ਚੰਗੇ ਨੂੰ ਆਪਣਾ ਘਰ ਨੂੰ ਸਿਆਣਾ ਹੁੰਦਾ, ਚੰਗੇ ਨੂੰ ਹੁੰਦਾ ਮੈਂ ਵੀ ਕਰ ਲਾ, ਮੈਂ ਵੀ ਕਰ ਲਾ, ਹੁਣ ਮੈਂ ਮੁੰਡੇ ਨੂੰ ਕਹਾਂ ਮੁੰਡਿਆ ਪੁੱਤ ਚੱਲ, ਇਹਨੇ ਕਹਿਣਾ ਨਹੀਂ ਵੀਰ ਮੈਂ ਸਕੂਲ ਜਾਣਾ ਵਾ, ਮੇਰਾ ਕੰਮ, ਮੈਂ ਜਿੱਥੇ ਕੰਮ ਤੇ ਲੱਗਾ ਮੈਂ ਕੰਮ ਰੁਕਦਾ ਵਾ, ਮੇਰੇ ਕੋਲ ਆਉਣੇ ਇਹੋ ਜਿਹੇ ਹੁੰਦੇ ਆ। ਮੈਨੂੰ ਇੱਕ ਬੰਦਾ ਕਹਿੰਦਾ ਵੀਰ ਤੁਸੀਂ ਸਾਰੇ ਮੰਦ ਬੁੱਧੀ ਹੈ ਤੇਰੇ ਕੋਲ, ਮੈਂ ਵੀ ਸਿਆਣਾ ਤਾਂ ਕੋਈ ਹੈਗਾ ਨਹੀਂ, ਤੁਸੀਂ ਹੋਇਆ ਜਾ ਸਿਆਣਾ ਕੋਈ ਕਿੱਥੋਂ ਹੁੰਦਾ ਵਾ, ਯਾਰ ਹੁੰਦਾ ਜੇ ਮਾਂ ਪ੍ਰਤੀ ਆਪਣਾ ਪਿਆਰ ਹੁੰਦਾ, ਮਾਂ ਪ੍ਰਤੀ ਦੁੱਖ ਹੁੰਦਾ ਤੇ ਗੱਲ ਆ ਕੇ ਇਹਨੂੰ ਮਾਂ ਨੂੰ ਘੁੱਟ ਕੇ ਜਫੀ ਪਾ ਕੇ ਕਿੰਨਾ ਚਿਰ ਉਹਨੂੰ ਨਹੀਂ ਹੁੰਦਾ, ਹਾਂ ਵੇਖ ਲਓ ਉਹ ਮੈਂ ਸ਼ਰਮ ਦੇ ਮਾਰੇ ਨੂੰ ਕਿਹਾ ਮੈਂ ਗੁਰਾ ਤੇਰੀ ਮਾਂ ਵਾ ਉਹਨੂੰ ਮਿਲ ਹੀ ਲਾ, ਨਹੀਂ ਬਸ ਧੰਨਵਾਦ ਭਰਾ ਜੀ, ਬਹੁਤ ਬਹੁਤ ਥੈਂਕ ਯੂ ਤੁਹਾਡਾ, ਧੰਨਵਾਦ, ਚੰਗਾ ਵੀਰ ਜੀ ਦੋ ਮੈਨੂੰ ਛੁੱਟੀ, ਚੱਲ ਪਾਣੀ ਛੱਕਣਾ, ਚੱਲ ਆ ਜਾਓ, ਬਹਿ ਜਾ ਆਕਾਸ਼ ਆ ਜਾਓ ਮਗਰ ਗੱਡੀ ਵੀਰ ਦੇ ਮਗਰ ਲੈ, ਵੀਰ ਦੇ ਮਗਰ ਗੱਡੀ ਲੈ, ਚੰਗਾ ਵੀਰ ਜੀ ਖਾਸ ਆ ਜਾਓ।